ਖੇਤਰਾਂ ਵਿਸ਼ਾ ਤੇ ਵਾਹਵਾ ਸਾਰੀ ਜਾਣਕਾਰੀ ਤੁਹਾਡੇ ਸਾਰਿਆਂ ਦੇ ਵਾਸਤੇ ਸਾਂਝੀ ਹੋ ਸਕੇ, ਇਹ ਸਾਡਾ ਯਤਨ ਹੁੰਦਾ ਔਰ ਯਕੀਨ ਵੀ ਹੁੰਦਾ। ਅੱਜ ਵੀ ਢਿੱਲੋਂ ਸਾਹਿਬ ਆਪਣੇ ਨਾਲ ਜੁੜ ਚੁੱਕੇ ਆ ਤੇ ਆਪਾਂ ਉਹਨਾਂ ਦਾ ਸਵਾਗਤ ਕਰਦੇ ਆ ਤੇ ਗੱਲ ਨੂੰ ਤੋਰਦੇ ਆ ਅੱਗੇ। ਪਰ ਇਸ ਤੋਂ ਪਹਿਲਾਂ ਮੈਂ ਇੱਕ ਮੈਸੇਜ ਜ਼ਰੂਰ ਸਾਂਝਾ ਕਰਦਿਆਂ ਜਿਹੜਾ ਲੱਗਦਾ ਕਿ ਆਪਾਂ ਨੂੰ ਕਰ ਦੇਣਾ ਚਾਹੀਦਾ, ਕਿਉਂਕਿ ਇੱਕ ਤਾਂ ਇਹ ਹੈ ਕਿ 13 ਤਰੀਕ ਨੂੰ ਰੇਡੀਓ ਚੰਨ ਪ੍ਰਦੇਸ਼ ਵੱਲੋਂ ਫੰਡ ਰੇਜ਼ਿੰਗ ਡੇ ਅਨਾਊਂਸ ਕੀਤਾ ਗਿਆ। ਉਹਦਾ ਕਾਰਨ ਇਹ ਹੈ ਕਿ ਰੇਡੀਓ ਦੇ ਕੋਲ ਐਡਾ ਉਡਾ ਤਾਂ ਤੁਹਾਨੂੰ ਪਤਾ ਹੀ ਹੈ ਜਿੰਨੀਆਂ ਕਿ ਹੈਗੀਆਂ। ਆਪਾਂ ਚਾਹੁੰਦੇ ਹਾਂ ਕਿ ਜਿਹੜੇ ਖਰਚੇ ਨੇ ਉਹ ਕਿਸੇ ਤਰੀਕੇ ਦੇ ਨਾਲ ਸਾਰੇ ਸੱਜਣ ਰਲ ਮਿਲ ਕੇ ਚੱਕ ਲੈਣ। ਇਸ ਕਰਕੇ ਜਿੰਨਾ ਸਾਥ ਸਹਿਯੋਗ ਤੁਸੀਂ ਜਿਵੇਂ ਵੀ ਦੇ ਸਕਦੇ ਹੋ ਉਸ ਦੇ ਵਾਸਤੇ ਸਾਰਿਆਂ ਨੂੰ ਜੀ ਆਇਆਂ ਕਹਾਂਗੇ। ਉਹ ਇੱਕ ਬਕਾਇਦਾ ਪ੍ਰੋਗਰਾਮ ਹੀ ਨਹੀਂ, ਪੂਰਾ ਦਿਨ ਇਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕੀਤੀ ਜਾਊਗੀ ਤੇ ਜੇ ਕੋਈ ਸੱਜਣ ਸਾਨੂੰ ਉੱਥੇ ਸਾਥ ਦੇਣਾ ਚਾਹੂਗਾ, ਜੇ ਨਹੀਂ ਕੋਈ ਨਹੀਂ ਬਹੁਤ ਸਾਰੇ ਸੱਜਣ ਵੈਸਾ, ਤਾਂ ਫੇਰ ਉਹਨਾਂ ਦਾ ਸਵਾਗਤ ਵੀ ਤਾਂ ਕਰਾਂਗੇ। ਇਸ ਕਰਕੇ ਉਹ ਪ੍ਰੋਗਰਾਮ ਫੰਡ ਰੇਜ਼ਿੰਗ ਡਿਨਰ ਹੋਊਗਾ, ਆ ਡੇ ਹੋਊਗਾ। ਤੇ ਇਸ ਵਕਤ ਆਪਾਂ ਢਿੱਲੋਂ ਸਾਹਿਬ ਦੇ ਨਾਲ ਜੁੜ ਚੁੱਕੇ ਹਾਂ, ਲਾਈਨ ਮਿਲ ਚੁੱਕੀ ਹੈ ਤੇ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਦਾ। ਜੀ ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਸਾਰੇ ਹੀ ਸਰੋਤਿਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਜਦੋਂ ਵੀ ਅਸੀਂ ਆਉਣੇ ਆ ਆਪਾਂ ਦੋਨੇ ਖਾਸ ਕਰਕੇ, ਤਾਂ ਇੱਕ ਵੱਖਰਾ ਵਿਸ਼ਾ ਹੁੰਦਾ, ਪੂਰੀ ਤਫਸੀਲ ਦੇ ਨਾਲ ਉਹਦੀ ਆਪਾਂ ਗੱਲ ਕਰਦੇ ਆ। ਅੱਜ ਮੇਰੇ ਦਿਮਾਗ ਦੇ ਵਿੱਚ ਦੋ ਵਿਸ਼ੇ ਨੇ, ਜਿਹੜਾ ਪਹਿਲਾਂ ਨਿਬੜ ਗਿਆ ਆਪਾਂ ਦੂਜੇ ਦੇ ਨਾਲ ਦੀ ਨਾਲ ਸਾਂਝ ਪਾ ਲਵਾਂਗੇ। ਇੱਕ ਤਾਂ ਇਹ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਬਣਾਇਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਉਸ ਦਾ ਸ਼੍ਰੋਮਣੀ ਕਮੇਟੀ ਦੇ ਨਾਲ ਪੇਚਾ ਕਿਉਂ ਪਿਆ ਹੋਇਆ? ਸੁਖਨੈਲ ਜੀ, ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਸਾਡੇ ਸਰੋਤਿਆਂ ਨੂੰ ਵੀ ਇਸ ਗੱਲ ਦਾ ਪੂਰਾ ਗਿਆਨ ਹੈ ਕਿ 2015 ਦੇ ਵਰ੍ਹੇ ਦੇ ਵਿੱਚ ਅਚਨਚੇਤ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਜਿਹਦੀ ਸ਼ੁਰੂਆਤ ਹੁੰਦੀ ਹੈ ਬਰਗਾੜੀ ਦੇ ਨੇੜੋਂ ਬੁਰਜ ਜਵਾਹਰ ਸਿੰਘ ਵਾਲਾ, ਉਥੋਂ ਦੇ ਗੁਰੂ ਘਰ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਹੈਗੀ ਉਹ ਗਾਇਬ ਹੋ ਜਾਂਦੀ ਹੈ ਜੀ। ਕੁਝ ਦਿਨਾਂ ਬਾਅਦ ਉਸੇ ਗੁਰੂ ਘਰ ਦੀਆਂ ਕੰਧਾਂ ਦੇ ਉੱਤੇ ਇਹ ਇਸ਼ਤਿਹਾਰ ਲੱਗ ਜਾਂਦੇ ਹੈ ਕਿ ਤੁਹਾਡਾ ਗੁਰੂ ਗ੍ਰੰਥ ਸਾਹਿਬ ਸਾਡੀ ਕੈਦ ਵਿੱਚ ਹੈ, ਜੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਕਤੀ ਹੈਗੀ ਤਾਂ ਮੁਕਤ ਹੋ ਕੇ ਵਿਖਾਵੇ, ਜੇ ਤੁਹਾਡੇ ਚ ਪਹੁੰਚ ਹੈਗੀ ਹੈ, ਤੁਹਾਡੇ ਚ ਤਾਕਤ ਹੈਗੀ ਹੈ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਜ਼ਾਦ ਕਰਾ ਕੇ ਵਿਖਾਓ, ਤੁਹਾਨੂੰ ਅਸੀਂ ਇੰਨਾ ਇਨਾਮ ਵੀ ਦੇਵਾਂਗੇ ਜੀ। ਇਸ ਖਬਰ ਨੇ ਬਹੁਤ ਬੁਰੀ ਤਰ੍ਹਾਂ ਉਚੇੜਤਾ ਸਿੱਖਾਂ ਦੇ ਹਿਰਦਿਆਂ ਨੂੰ, ਸਿੱਖ ਕੀ ਮੈਂ ਕਹਿੰਦਾ ਵੀ ਸਾਰੇ ਪੰਜਾਬੀਆਂ ਨੂੰ ਇਹਨੇ ਬਹੁਤ ਜ਼ਿਆਦਾ ਤੰਗ ਕੀਤਾ, ਬੜੀ ਉਤੇਜਨਾ ਹੋਈ ਸਾਰੇ ਪੰਜਾਬੀਆਂ ਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਭਾਵੇਂ ਅਸੀਂ ਕਹਿ ਦਈਏ ਕਿ ਇਹ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਹੈ, ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆਪਾਂ ਨਜ਼ਰ ਮਾਰੀਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਦੀ ਸੰਤਾਂ ਦੀ ਬੜੇ ਮਤਲਬ ਜਿਹੜੇ ਹੈਗੇ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਦੀ ਬਾਣੀ ਹੈ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਣ ਵਾਲੇ ਸੰਤ ਭਗਤ ਹੈ ਜਿਹੜੇ ਉਹਨਾਂ ਦੀ ਬਾਣੀ ਵੀ ਹੈ। ਸੋ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਮਨੁੱਖਤਾ ਦਾ ਸੰਪੂਰਨ ਗ੍ਰੰਥ ਹੈ ਜਿਹਨੂੰ ਸਾਰੀ ਮਨੁੱਖਤਾ ਪੂਜਦੀ ਹੈ। ਅਸੀਂ ਹਿੰਦੁਸਤਾਨ ਤੋਂ ਬਾਹਰ ਵੀ ਚਲੇ ਜਾਈਏ, ਅੱਜ ਕੱਲ ਤਾਂ ਅੰਗਰੇਜ਼ੀ ਦੇ ਵਿੱਚ ਵੀ ਇਹਦਾ ਅਨੁਵਾਦ ਹੋਇਆ ਹੈ ਕਿ ਗੋਰੇ ਲੋਕ ਜਿਹੜੇ ਹੈਗੇ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਪੜ੍ਹ ਕੇ, ਗੁਰੂ ਗ੍ਰੰਥ ਸਾਹਿਬ ਦੇ ਸਾਰ ਤੱਤ ਨੂੰ ਪੜ੍ਹ ਕੇ ਉਹਨਾਂ ਦਾ ਰੁਝਾਨ ਵੀ ਸਿੱਖੀ ਵੱਲ ਨੂੰ ਹੋ ਰਿਹਾ। ਬਹੁਤ ਸਾਰੇ ਸਮੇਂ ਤੇ ਤੁਸੀਂ ਦੇਖੇ ਹੋਵੋਗੇ ਕਿ ਗੋਰਿਆਂ ਨੇ ਸਿੱਖੀ ਸਰੂਪ ਧਾਰਨ ਕੀਤਾ ਹੋਇਆ। ਸੋ ਇਹ ਜਿਹੜੀ ਸੀਗੀ ਇਹ ਇੰਸੀਡੈਂਟ ਉੱਥੋਂ ਸ਼ੁਰੂ ਹੋਈ ਤੇ ਫਿਰ ਇੱਕ ਦੋ ਤਿੰਨ ਲਗਾਤਾਰ ਘਟਨਾਵਾਂ ਵਾਪਰਦੀਆਂ ਗਈਆਂ, ਕਦੇ ਕਿਸੇ ਪਿੰਡ ਦੇਖ ਲੋ, ਕਦੇ ਕਿਸੇ ਸ਼ਹਿਰ ਦੇਖ ਲੋ, ਗੁਰੂ ਗ੍ਰੰਥ ਸਾਹਿਬ ਦੇ ਅੰਗ, ਗੁਟਕਾ ਸਾਹਿਬ ਦੇ ਅੰਗ ਗਲੀਆਂ ਦੇ ਵਿੱਚ ਰਹੇ ਗਏ, ਉਹਨਾਂ ਦੀ ਬੇਅਦਬੀ ਹੁੰਦੀ ਦੇਖੀ ਗਈ। ਇਹਦਾ ਪ੍ਰਤੀਕਰਮ ਬੜਾ ਤਿੱਖਾ ਹੋਇਆ, ਬੜਾ ਤੇਜ਼ ਹੋਇਆ। ਸ਼ੁਰੂ ਦੇ ਵਿੱਚ ਕੁਝ ਜਥੇਬੰਦੀਆਂ ਨੇ ਇਕੱਠਿਆਂ ਹੋ ਕੇ ਪੜਤਾਲ ਕੀਤੀ, ਉਹਨਾਂ ਨੇ ਸ਼ੱਕ ਜ਼ਾਹਰ ਕੀਤਾ ਫਰੀਦਕੋਟ ਦੇ ਆਲੇ ਦੁਆਲੇ ਕਿ ਕੁਛ ਇਹਨਾਂ ਲੋਕਾਂ ਤੇ ਸਾਨੂੰ ਸ਼ੱਕ ਹੈ, ਇਹਨਾਂ ਲੋਕਾਂ ਨੂੰ ਤੁਸੀਂ ਸ਼ਾਮਲ ਤਫਤੀਸ਼ ਕਰੋ। ਲੇਕਿਨ ਸ਼ਾਮਲ ਤਫਤੀਸ਼ ਨਹੀਂ ਕੀਤਾ ਗਿਆ। ਕਿਉਂ ਨੀ ਕੀਤਾ ਗਿਆ? ਇਹ ਵਿਸ਼ਾ ਵੀ ਜਾਂਚ ਦਾ ਇੱਕ ਵਿਸ਼ਾ ਹੈ ਇਹਦਾ ਕਾਰਨ। ਫਿਰ ਹੌਲੀ ਹੌਲੀ ਤੁਸੀਂ ਦੇਖਿਆ ਹੋਣਾ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਗੀਤਾ ਦਾ ਜਿਹੜਾ ਹੈਗੀ ਹੈ ਗੀਤਾ, ਭਗਵਤ ਗੀਤਾ ਉਹਦਾ ਵੀ ਅਪਮਾਨ ਹੋਇਆ, ਫਿਰ ਕੁਰਾਨ ਸ਼ਰੀਫ ਦਾ ਵੀ ਅਪਮਾਨ ਹੋਇਆ। ਇਹ ਸਾਰੀਆਂ ਘਟਨਾਵਾਂ ਜਿਹੜੀਆਂ ਹੈਗੀਆਂ, ਇਹ ਸਾਰੀਆਂ ਘਟਨਾਵਾਂ ਨੂੰ ਅਸੀਂ ਅਲੱਗ ਅਲੱਗ ਕਰਕੇ ਨਹੀਂ ਦੇਖ ਸਕਦੇ, ਇਹਨੂੰ ਇਹ ਆਪਸ ਮੇ ਇੰਟਰਲਿੰਕ ਹੈ, ਆਪਸ ਵਿੱਚ ਜੁੜੀਆਂ ਹੋਈਆਂ।
ਕਿਉਂਕਿ ਅਸਲ ਦੇ ਵਿੱਚ ਇੱਕ ਅਜਿਹੀ ਸਾਜਿਸ਼ ਸੀ ਜਿਸ ਸਾਜਿਸ਼ ਦੇ ਜ਼ਰੀਏ ਪੰਜਾਬ ਦਾ ਮਾਹੌਲ ਮੁੜ ਕੇ ਫੇਰ ਖਰਾਬ ਕੀਤਾ ਜਾਵੇ ਔਰ ਕੁਛ ਤਾਕਤਾਂ ਚਾਹੁੰਦੀਆਂ ਸੀ ਕਿ ਉਹਨੂੰ ਆਪਣੇ ਹਿੱਤਾਂ ਵਾਸਤੇ ਇਸਤੇਮਾਲ ਕੀਤਾ ਜਾਵੇ। ਜਦੋਂ ਧਾਰਮਿਕ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਵੰਡੀਆਂ ਪੈਂਦੀਆਂ ਤਾਂ ਉਹਦਾ ਫਾਇਦਾ ਹਮੇਸ਼ਾ ਹੀ ਜਿਹੜੀ ਰਿਚ ਕਲਾਸ ਆ ਉਹਨੂੰ ਹੁੰਦਾ ਤੇ ਹਾਕਮਾਂ ਨੂੰ ਹੁੰਦਾ। ਇਹ ਆਪਣੀ ਥਾਂ ਤੇ ਚੱਲਦਾ ਰਿਹਾ, ਲੇਕਿਨ ਜਦੋਂ ਇਹ ਸਾਰਾ ਕੁਛ ਚੱਲਦਾ ਸੀ ਬਹੁਤ ਹੀ ਮੰਦਭਾਗੀ ਘਟਨਾ ਇਹ ਵਾਪਰੀ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਬੁਰਜ ਜਵਾਹਰ ਸਿੰਘ ਵਾਲਾ ਤੋਂ ਗਾਇਬ ਹੋਈ ਸੀ ਉਸੇ ਬੀੜ ਦੇ ਅੰਗ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਜਿਹੜੇ ਉਹਨਾਂ ਦੀ ਬੇਅਦਬੀ ਹੁੰਦੀ ਦੇਖੀ। ਇਸ ਗੱਲ ਨੇ ਬਹੁਤ ਜ਼ਿਆਦਾ ਉਤੇਜਿਤ ਕੀਤਾ ਤਾਂ ਉਸ ਵੇਲੇ ਕੋਈ ਵੀ ਪੋਲੀਟੀਕਲ ਧਿਰ ਅੱਗੇ ਨਹੀਂ ਸੀ ਜਾਂ ਜਿਹੜੀ ਕਿਸੇ ਰਾਜਸੀ ਧਿਰ ਨੇ ਅਗਵਾਈ ਕੀਤੀ ਹੈ ਬਿਲਕੁਲ ਨਹੀਂ ਸੀ। ਨਾ ਉਹਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਸੀ, ਨਾ ਉਹਦੇ ਵਿੱਚ ਕਾਂਗਰਸ ਪਾਰਟੀ ਸੀ, ਨਾ ਉਹਦੇ ਵਿੱਚ ਜਨ ਸੰਘਤਾ ਭਾਰਤੀ ਜਨਤਾ ਪਾਰਟੀ ਕਹਿੰਦੀ ਕੋਈ ਵੀ ਨਹੀਂ। ਸਿਰਫ ਤੇ ਸਿਰਫ ਉਹ ਪ੍ਰਚਾਰਕ, ਉਹ ਸਿੱਖ ਪ੍ਰਚਾਰਕ ਜਿਹੜੇ ਗੁਰਬਾਣੀ ਦੇ ਨਾਲ ਜੁੜੇ ਹੋਏ ਹੈ, ਜਿਹੜੇ ਗੁਰਬਾਣੀ ਦਾ ਪ੍ਰਚਾਰ ਕਰਦੇ ਹੈ, ਜਿਹੜੇ ਵੋਟਾਂ ਨਹੀਂ ਮੰਗਦੇ, ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਦੀਵਾਨ ਲਾਉਂਦੇ ਆ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਹੈ, ਉਹਨਾਂ ਨੇ ਬਰਗਾੜੀ ਦੇ ਵਿੱਚ ਇਕੱਠਿਆਂ ਹੋ ਕੇ ਲੋਕਾਂ ਦੀ ਅਗਵਾਈ ਕੀਤੀ। ਪਹਿਲਾਂ ਬਰਗਾੜੀ ਉਹਨਾਂ ਨੇ ਆਪਣਾ ਪ੍ਰੋਟੈਸਟ ਦਰਜ ਕਰਵਾਇਆ, ਫਿਰ ਆਪਣੇ ਪ੍ਰੋਟੈਸਟ ਨੂੰ ਹੋਰ ਅੱਗੇ ਲਿਜਾਣ ਵਾਸਤੇ ਉਹ ਬਰਗਾੜੀ ਤੇ ਚੱਲ ਕੇ ਕੋਟਕਪੂਰਾ ਪਹੁੰਚਦੀ ਹੈ, ਕਿਉਂਕਿ ਕੋਟਕਪੂਰਾ ਨੇੜੇ ਦਾ ਸ਼ਹਿਰ ਹੈ। ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਵਿੱਚ ਬੈਠ ਕੇ ਉਹ ਲੋਕ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੈ। ਉਹ 24 ਘੰਟੇ ਬੈਠੇ ਹੈ, 24 ਘੰਟਿਆਂ ਬਾਅਦ ਅਚਨਚੇਤ ਇੱਕ ਫੈਸਲਾ ਹੁੰਦਾ ਕਿ ਇਹਨਾਂ ਲੋਕਾਂ ਨੂੰ ਉਠਾਓ। ਆਹ ਹੁਣ ਤੁਸੀਂ ਗੱਲਾਂ ਸਮਝਣ ਵਾਲੀਆਂ ਕਿ ਕਿਵੇਂ ਕਿਵੇਂ ਘਟਨਾ ਵਾਪਰਦੀ ਹੈ। ਜੇ ਅਸੀਂ ਦੇਖੀਏ ਫਰੀਦਕੋਟ ਜ਼ਿਲ੍ਹਾ ਪੁਲਿਸ ਦੇ ਲਿਹਾਜ਼ ਨਾਲ ਦੇਖੀਏ ਤਾਂ ਫਰੀਦਕੋਟ ਜ਼ਿਲ੍ਹਾ ਬਠਿੰਡਾ ਜ਼ੋਨ ਦੇ ਮਤਹਿਤ ਪੈਂਦਾ ਹੈ। ਇੱਕ ਜ਼ੋਨ ਦਾ ਇੰਚਾਰਜ ਹੁੰਦਾ IG, ਉਹਨਾਂ ਦਿਨਾਂ ਦੇ ਵਿੱਚ ਬਠਿੰਡਾ ਜ਼ੋਨ ਦੇ ਇੰਚਾਰਜ ਇੰਸਪੈਕਟਰ ਜਨਰਲ ਆਫ ਪੁਲਿਸ ਜਿਹੜੇ ਸੀ ਉਹਨਾਂ ਦਾ ਨਾਂ ਡਾਕਟਰ ਜਤਿੰਦਰ ਜੈਨ ਹੈ। ਡਾਕਟਰ ਜਤਿੰਦਰ ਜੈਨ ਪੰਜਾਬ ਪੁਲਿਸ ਦੇ ਉਹਨਾਂ ਅਫਸਰਾਂ ਜਾਣੇ ਜਾਂਦੇ ਹੈ ਜਿਨ੍ਹਾਂ ਦਾ ਦਾਮਨ ਬੜਾ ਸਾਫ਼ ਹੈ। ਤਾਂ ਜਦੋਂ ਇਹ ਘਟਨਾ ਵਾਪਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਸਾਰਾ ਮਾਮਲਾ ਪਤਾ ਲੱਗਿਆ, ਕੁਦਰਤੀ ਹੈ ਕਿ ਮਾਮਲਾ ਬੜਾ ਸੂਖਮ ਸੀ, ਸੈਂਸਿਟਿਵ ਸੀ, ਜੈਨ ਸਾਹਿਬ ਉੱਥੇ ਪਹੁੰਚਦੇ ਹੈ। ਔਰ ਜਿਹੜੀ ਮੈਨੂੰ ਉਸੇ ਵੇਲੇ ਗੱਲ ਦਾ ਪਤਾ ਲੱਗ ਗਿਆ ਸੀ, ਇਧਰੋਂ ਕੁਛ ਗੱਲਾਂ ਹੋਈਆਂ ਕਿ ਇੱਕ ਹੁਕਮ ਆਉਂਦਾ ਉੱਪਰੋਂ ਕਿ ਇਹ ਜਿਹੜੇ ਬੈਠੇ ਹੈ ਲੋਕ ਇਹਨਾਂ ਲੋਕਾਂ ਨੂੰ ਇੱਥੋਂ ਉਠਾਓ, ਇਹਨਾਂ ਨੇ ਟ੍ਰੈਫਿਕ ਦੇ ਵਿੱਚ ਵਿਘਨ ਪਾਇਆ। ਪੁਲਿਸ ਅਫਸਰਾਂ ਦੇ ਇੱਕ ਹਿੱਸੇ ਨੇ, ਕੁਝ ਅਫਸਰਾਂ ਨੇ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਕਿ ਡੇਰਾ ਸੱਚਾ ਸੌਦਾ ਵਾਲਿਆਂ ਦੀ, ਉਹਨਾਂ ਦਾ ਜਿਹੜਾ ਡੇਰਾ ਮੁਖੀ ਹੈ, ਉਹਨਾਂ ਦੀ ਇੱਕ ਫਿਲਮ ਹੈ MSC, MSC ਦੇ ਪੋਸਟਰ ਥਾਂ ਥਾਂ ਪੰਜਾਬ ਦੇ ਵਿੱਚ ਲੱਗੇ ਹੋਏ ਹੈ। ਇਹਨਾਂ ਪੋਸਟਰਾਂ ਦੀ ਕੋਈ ਚੀਰ ਫਾੜ ਨਾ ਕਰੇ, ਇਹਨਾਂ ਦੀ ਬੇਅਦਬੀ ਨਾ ਕਰੀਏ, ਸ਼ਬਦ ਡਾਇਰੈਕਟ ਫੇਰ ਲਾਉਣਾ ਕਿ ਫਿਲਮਾਂ ਦੇ ਪੋਸਟਰਾਂ ਦੀ ਬੇਅਦਬੀ ਨਾ ਹੋਵੇ, ਇਹ ਰੋਕਣ ਵਾਸਤੇ ਥਾਂ ਥਾਂ ਦੇ ਉੱਤੇ ਗਾਰਦਾਂ ਲਾ ਦਿੱਤੀਆਂ ਸੀ ਪੋਸਟਰਾਂ ਦੇ ਰੱਖਣ ਵਾਸਤੇ। ਸੋ ਉੱਥੇ 2-3 ਅਫਸਰਾਂ ਨੇ ਇਹ ਗੱਲ ਕਹੀ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਆਪਣੇ IG ਨੂੰ ਕਿਹਾ ਕਿ ਜੇ ਅਸੀਂ ਉੱਥੇ ਗਾਰਦਾਂ ਲਾਤੀਆਂ ਤੇ ਆਪਾਂ ਗਾਰਦ ਇੱਥੇ ਲਾ ਦਿਓ, ਇਹ ਸੰਤ ਲੋਕ ਹੈ, ਧਾਰਮਿਕ ਬੰਦੇ ਹੈ, ਸਤਨਾਮ ਵਾਹਿਗੁਰੂ ਕਹਿਣ ਵਾਲੇ ਹੈ, ਆਲਾ ਦੁਆਲਾ ਆਪਾਂ ਘੇਰ ਲੈਣੇ ਆ, ਇਹਨਾਂ ਨੇ ਕਿਹੜਾ ਕੋਈ ਫੀਲ ਉਚਿਤ ਕਰਨੀ, ਇਹਨਾਂ ਨੇ ਕੋਈ ਲੈਂਡ ਆਰਡਰ ਨੂੰ ਪ੍ਰੋਬਲਮ ਕ੍ਰੀਏਟ ਨਹੀਂ ਕਰਨੀ, ਤੇ ਜਿੱਥੋਂ ਤੱਕ ਟ੍ਰੈਫਿਕ ਦਾ ਸਵਾਲ ਹੈ ਆਪਾਂ ਟ੍ਰੈਫਿਕ ਡਾਇਵਰਟ ਕਰ ਦਿੰਦੇ ਹਾਂ, ਹੋਰ ਆਪਾਂ ਸਹੀ ਕੱਢ ਦੇਣੇ। ਇਹ ਫੈਸਲਾ ਹੋਣ ਤੋਂ ਬਾਅਦ ਸਰਕਾਰ ਤੱਕ ਗੱਲ ਪਹੁੰਚ ਗਈ, ਲੇਕਿਨ ਸਰਕਾਰ ਸ਼ਾਇਦ ਇਸ ਫੈਸਲੇ ਨਾਲ ਸਹਿਮਤ ਨਹੀਂ ਸੀ। ਸ਼ਾਇਦ ਮੈਂ ਸ਼ਬਦ ਕਿਉਂ ਕਿਹਾ, ਇਸ ਲਈ ਕਿਉਂਕਿ ਜਦੋਂ ਇੱਕ IG ਮੌਜੂਦ ਸੀ, ਉਸ IG ਦੇ ਉੱਪਰ ਵੀ ਇੱਕ ਹੋਰ IG ਕੋਟਕਪੂਰੇ ਭੇਜਿਆ ਗਿਆ। ਉਹ IG ਕੌਣ ਸੀ? ਉਹ IG ਲੁਧਿਆਣੇ ਦਾ ਪੁਲਿਸ ਕਮਿਸ਼ਨਰ ਸੀ, ਜਿਹਦਾ ਨਾਮ ਪਰਮਰਾਜ ਸਿੰਘ ਉਮਰਾਨਗਰ ਹੈ। ਉਮਰਾਨਗਰ ਨੇ ਆ ਕੇ ਚਾਰਜ ਸੰਭਾਲ ਲਿਆ ਔਰ ਇੱਕਦਮ ਪਹਿਲਾਂ ਗੱਲਬਾਤ ਚੱਲੀ ਤੇ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਉੱਠੋ, ਔਰ ਉਹਤੋਂ ਬਾਅਦ ਫਿਰ ਗੱਲਬਾਤ ਚੱਲੀ, ਫਿਰ ਉਹਨਾਂ ਨੂੰ ਫੜ ਕੇ ਥਾਣੇ ਲੈ ਗਏ, ਫਿਰ ਉਹਨਾਂ ਨੂੰ ਛੱਡਿਆ ਗਿਆ ਤੇ ਦਿਨ ਦੇ ਚੜਾਅ ਨਾਲ ਇੱਕਦਮ ਉਹਨਾਂ ਦੇ ਉੱਤੇ ਲਾਠੀ ਚਾਰਜ ਕਰ ਦਿੱਤਾ ਗਿਆ। ਡਾਕਟਰ ਜੈਨ ਜਿਹੜਾ IG ਬਠਿੰਡਾ ਜੋਨ ਸੀ ਉਹਨੂੰ ਪਾਸੇ ਕਰਤਾ, ਟੋਟਲ ਕੰਟਰੋਲ ਉਮਰਾਨਗਰ ਨੇ ਆਪਦੇ ਹੱਥ ਚ ਲੈ ਲਿਆ। ਜਦੋਂ ਲਾਠੀ ਚਾਰਜ ਕੀਤਾ ਉੱਥੇ ਸੰਗਤ ਕਾਫੀ ਤਾਦਾਦ ਵਿੱਚ ਸੀ, ਤੁਹਾਨੂੰ ਪਤਾ ਵੀ ਜਦੋਂ ਲਾਠੀ ਚਾਰਜ ਹੁੰਦਾ ਹੈ ਜਿੱਧਰ ਨੂੰ ਸ਼ੈਲਟਰ ਮਿਲਦੀ ਹੈ, ਜਿੱਧਰ ਨੂੰ ਥਾਂ ਮਿਲਦਾ, ਲੋਕ ਉੱਧਰ ਨੂੰ ਭਾਈਦੇ ਕਰਦੇ ਹੈ। ਜਿਹੜੇ ਸਿੱਖ ਪ੍ਰਚਾਰਕ ਸੀ ਉਹਨਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ, ਉਹ ਲੋਕ ਜਿਹੜੀਆਂ ਸੰਗਤਾਂ ਸੀ ਉਹ ਸੰਗਤਾਂ ਵੱਖ ਵੱਖ ਦਿਸ਼ਾਵਾਂ ਨੂੰ ਭੱਜ ਗਈਆਂ।
ਉਹਨਾਂ ਦੇ ਵਿੱਚੋਂ ਇੱਕ ਸਮੂਹ ਇੱਕ ਗਰੁੱਪ ਜਿਹੜਾ ਹੈਗਾ ਉਹ ਬਹਿਬਲ ਕਲਾਂ ਪਿੰਡ ਦੇ ਵਿੱਚ ਆ ਜਾਂਦਾ ਤੇ ਬਹਿਬਲ ਕਲਾਂ ਪਿੰਡ ਦੇ ਵਿੱਚ ਆ ਕੇ ਕਿਉਂਕਿ ਜਿਹੜੀ ਹੈਗੀ ਹੈ ਕਈ ਗੁਣਾ ਵਾਧਾ ਹੋ ਗਿਆ ਲੋਕਾਂ ਦੀ ਰੰਜਿਸ਼ ਦੇ ਵਿੱਚ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਫਿਰ ਪ੍ਰੋਟੈਸਟ ਕਰਨ ਵਾਲਿਆਂ ਦੇ ਉੱਤੇ ਡਾਂਗ ਉਡਾਈ ਜਾਂਦੀ ਹੈ ਇਸ ਕਰਕੇ ਉਹਨਾਂ ਨੇ ਦੁਬਾਰਾ ਫਿਰ ਬਹਿਬਲ ਕਲਾਂ ਦੇ ਕੋਲ ਆ ਕੇ ਪ੍ਰੋਟੈਸਟ ਦੇ ਰੂਪ ਦੇ ਵਿੱਚ ਸੜਕ ਤੇ ਬੈਠ ਗਏ ਆਮ ਲੋਕਾਂ ਨੇ ਪਿੰਡ ਦਿਆਂ ਨੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਤੇ ਉਹਨਾਂ ਨੂੰ ਜਦੋਂ ਲੰਗਰ ਪਾਣੀ ਛਕਾਇਆ ਜਾ ਰਿਹਾ ਹੈ ਅਚਨਚੇਤ ਪੁਲਿਸ ਦੀਆਂ ਤਾਰਾਂ ਉੱਥੇ ਫੇਰ ਆਉਂਦੀਆਂ ਔਰ ਫਿਰ ਇੱਕਦਮ ਗੋਲੀ ਚੱਲਦੀ ਹੈ ਤੇ ਦੋ ਬੰਦੇ ਉਹਦੇ ਚ ਮਾਰੇ ਜਾਂਦੇ ਹੈ ਕਈ ਦਰਜਨਾਂ ਬੰਦੇ ਉਹਦੇ ਚ ਜ਼ਖਮੀ ਹੋ ਜਾਂਦੇ ਹੈ ਇਹ ਸਾਰਾ ਘਟਨਾਕ੍ਰਮ ਜਦੋਂ ਹੋਇਆ ਇਸ ਘਟਨਾਕ੍ਰਮ ਦਾ ਫਿਰ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਉੱਤੇ ਵਿਰੋਧ ਹੋਇਆ ਔਰ ਉਸ ਵਿਰੋਧ ਦਾ ਨਤੀਜਾ ਇਹ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀ ਵਜ੍ਹਾ ਕਾਰਨ ਪੰਜਾਬ ਸਰਕਾਰ ਇੱਕ ਤਰ੍ਹਾਂ ਜਾਮ ਹੋ ਕੇ ਰਹੇਗੀ ਔਰ ਪੰਜਾਬ ਸਰਕਾਰ ਜਿਹੜੀ ਹੈਗੀ ਚੰਡੀਗੜ੍ਹ ਤੱਕ ਹੀ ਸੀਮਿਤ ਹੋ ਕੇ ਰਹੇਗੀ ਮੈਂ ਤੁਹਾਨੂੰ ਉਹਨਾਂ ਦਿਨਾਂ ਦੀ ਗੱਲ ਸੁਣਾਉਣਾ ਉਹਨਾਂ ਦਿਨਾਂ ਚ ਮੈਨੂੰ ਵੀ ਚੰਡੀਗੜ੍ਹ ਜਾਣ ਦਾ ਮੌਕਾ ਮਿਲਿਆ ਸੈਕਟਰ 2 ਦੇ ਵਿੱਚ ਸਾਡੇ ਹੀ ਇਲਾਕੇ ਦੇ ਡੂਮ ਵਾਲੀ ਪਿੰਡ ਹੈ ਜਿਹੜਾ ਤੁਹਾਨੂੰ ਪਤਾ ਸਰਦਾਰਾਂ ਦਾ ਪਿੰਡ ਹੈ ਡੂਮ ਵਾਲੀ ਪਿੰਡ ਦੇ ਇੱਕ ਬਹੁਤ ਮੋਹਤਵਰ ਸ਼ਖਸ ਹੈ ਅਮਰਜੀਤ ਸਿੰਘ ਸਿੱਧੂ ਉਹ ਸੈਕਟਰ 2 ਦੇ ਵਿੱਚ ਉਹਨਾਂ ਦੀ ਕੋਠੀ ਹੈ ਉੱਥੇ ਰਹਿੰਦੇ ਹੈ ਪਿੰਡਾਂ ਦੇ ਹੋਣ ਕਰਕੇ ਸਾਡਾ ਸਤਿ ਸ੍ਰੀ ਅਕਾਲ ਦਾ ਆਪਸ ਵਿੱਚ ਸੀਰ ਹੈ ਮੇਰੇ ਨਾਲ ਜਿਹੜੇ ਸੱਜਣ ਸੀ ਉਹ ਕਹਿੰਦੇ ਵੀ ਆਪਾਂ ਅਮਰਜੀਤ ਸਿੰਘ ਹੋਣਾ ਨੂੰ ਮਿਲ ਚੱਲੀਏ ਮੈਂ ਜੀ ਚਲੋ ਤਾਂ ਅਸੀਂ ਅਮਰਜੀਤ ਸਿੰਘ ਹੋਣਾ ਦੇ ਕੋਲ ਚਲੇ ਗਏ ਸਤਿ ਸ੍ਰੀ ਅਕਾਲ ਹੋਈ ਉਹਨਾਂ ਨੇ ਕਿਹਾ ਕਿ ਲਾਲੀ ਬਾਦਲ ਵੀ ਆਏ ਹੋਏ ਹੈ ਤੇ ਆਪਾਂ ਲਾਲੀ ਬਾਦਲ ਨੂੰ ਵੀ ਬੁਲਾ ਲਈਏ ਗੱਲਾਂ ਬਾਤਾਂ ਕਰਾਂਗੇ ਉਹਨਾਂ ਨੇ ਲਾਲੀ ਬਾਦਲ ਨੂੰ ਫੋਨ ਕੀਤਾ ਕਿ ਆਪਣੇ ਬਠਿੰਡੇ ਤੋਂ ਆਏ ਹੈ ਭਾਈ ਤੇਰਾ ਭਾਈਚਾਰਾ ਵੀ ਆਇਆ ਤੇ ਗੱਲਾਂ ਕਰ ਲਈਏ 10 ਕੁ ਮਿੰਟਾਂ ਬਾਅਦ ਲਾਲੀ ਬਾਦਲ ਆ ਗਿਆ ਸਾਡਾ ਕੁੜਬਾ ਇੱਕੋ ਹੀ ਹੈ ਮੈਂ ਫਤਿਹ ਬੁਲਾਈ ਬੈਠ ਕੇ ਗੱਲਾਂ ਬਾਤਾਂ ਕਰਨ ਲੱਗ ਗਈ ਤੇ ਮੈਂ ਪੁੱਛਿਆ ਮੈਂ ਕਿਹਾ ਅੰਕਲ ਜੀ ਤੁਹਾਨੂੰ ਆਇਆਂ ਨੂੰ ਕਿੰਨੇ ਕੁ ਦਿਨ ਹੋ ਗਏ ਇੱਥੇ ਉਹ ਕਹਿੰਦਾ ਮੈਨੂੰ ਹੋ ਗਏ 10 ਦਿਨ ਤੇ ਮੈਂ ਕਿਹਾ ਜੀ ਕੱਲੇ ਆਏ ਹੋ ਕਹਿੰਦਾ ਨਹੀਂ ਤੁਹਾਡੀ ਆਂਟੀ ਵੀ ਆਈ ਹੈ ਮੈਂ ਕਿਹਾ ਜਾਣਾ ਕਦੋਂ ਹੈ ਕਹਿੰਦਾ ਮੈਂ ਅਜੇ ਠਹਿਰ ਕੇ ਜਾਊਂਗਾ ਹੁਣ ਮੈਂ ਸਰੋਤਿਆਂ ਨਾਲ ਇੱਕ ਹੋਰ ਸਾਂਝ ਪਾ ਲਿਆ ਮੈਂ ਦੱਸ ਦੇਵਾਂ ਕਿ ਲਾਲੀ ਬਾਦਲ ਕੌਣ ਹੈ ਲਾਲੀ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਚਾਚੇ ਦਾ ਪੁੱਤ ਹੈ ਉਹ ਪਬਲਿਕ ਸਰਵਿਸ ਕਮਿਸ਼ਨ ਦਾ ਵੀ ਮੈਂਬਰ ਰਿਹਾ ਹੋਇਆ ਬਾਦਲ ਪਰਿਵਾਰ ਦੇ ਜਿਹੜੇ ਅਹਿਮ ਜਿਹੜੇ ਹੈਗੇ ਆ ਲੋਕ ਉਹਨਾਂ ਚੋਂ ਆਉਂਦਾ ਹੈ ਤੇ ਮੈਂ ਦੁਬਾਰਾ ਫਿਰ ਪੁੱਛਿਆ ਮੈਂ ਕਿਹਾ ਜੀ ਤੁਸੀਂ ਜਾਓਗੇ ਕਦੋਂ ਉਹ ਮੈਨੂੰ ਕਹਿੰਦਾ ਪੰਜਾਬ ਨੂੰ ਭਲਿਆ ਮਾਨਸਾ ਅੱਗ ਲੱਗੀ ਪਈ ਹੈ ਲੋਕ ਸਾਨੂੰ ਭਾਲਦੇ ਫਿਰਦੇ ਜੇ ਹਾਲਾਤ ਨਾਰਮਲ ਹੋਣਗੇ ਤਾਂ ਮੈਂ ਤਾਂ ਹੀ ਪੰਜਾਬ ਜਾਊਂਗਾ ਨਾ ਤੇ ਫਿਰ ਉਹਨੇ ਮੈਨੂੰ ਹੋਰ ਗੱਲ ਦੱਸੀ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਘਰੇ ਆਏ ਸੀਗੇ 2 PA ਬਾਦਲ ਸਾਹਿਬ ਦੇ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਖਰਾਬੇ ਦੀ ਫਸਲ ਦੇ ਜਿਹੜੇ ਚੈੱਕ ਆਪਾਂ ਉਹ ਵੰਡ ਰਹੇ ਤੇ ਤੁਸੀਂ ਨਾਲ ਚੱਲੋ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਕਿਹਾ ਵੀ ਖਾਣ ਪੀਣ ਨੂੰ ਬਾਦਰੀ ਤੰਬੇ ਖਾਣ ਨੂੰ ਰਿੱਛ ਕੁੱਟਣ ਵਾਸਤੇ ਹੁਣ ਜੇ ਕੁੱਟ ਖਾਣੀ ਹੈ ਤਾਂ ਸਾਨੂੰ ਲੈ ਕੇ ਜਾਂਦੇ ਹੋ ਤੇ ਜੇ ਬਾਕੀ ਸਾਰਾ ਕੁਛ ਕਰਨਾ ਸੀ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕੋ ਕਿ ਜੇ ਬਾਦਲ ਪਰਿਵਾਰ ਦੇ ਆਪਣੇ ਮੈਂਬਰ ਵੀ ਇੰਨਾ ਖਤਰਾ ਮਹਿਸੂਸ ਕਰਨ ਲੱਗ ਜਾਣ ਕਿ ਹੁਣ ਅਸੀਂ ਪਿੰਡਾਂ ਦੇ ਸੁਰੱਖਿਅਤ ਨਹੀਂ ਤਾਂ ਅਸੀਂ ਕੋਈ ਮੁਸ਼ਕਲ ਨਹੀਂ ਸਾਨੂੰ ਇਹ ਦੇਖ ਰਿਹਾ ਕਿ ਲੋਕਾਂ ਦੇ ਵਿੱਚ ਐਂਗਰ ਕਿੰਨਾ ਸੀ ਲੋਕਾਂ ਦੇ ਵਿੱਚ ਗੁੱਸਾ ਕਿੰਨਾ ਸੀ ਲੋਕਾਂ ਚ ਰੋਹ ਕਿੰਨਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਤਾਂ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਸੰਕਟ ਦੇ ਵਿੱਚੋਂ ਨਿਕਲਣ ਵਾਸਤੇ 2 ਰਾਹ ਚੁਣੇ ਇੱਕ ਰਾਹ ਤਾਂ ਇਹ ਚੁਣਿਆ ਕਿ ਜੋਰਾ ਸਿੰਘ ਕਮਿਸ਼ਨ ਬਣਾਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਪੜਤਾਲ ਕਰਨ ਵਾਸਤੇ ਜੀ ਢਿੱਲੋਂ ਸਾਹਿਬ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ ਆਪਾਂ ਇੱਥੇ ਨਾਲ ਦੀ ਨਾਲ ਹੀ ਆਪਾਂ ਗੱਲ ਨੂੰ ਜਾਰੀ ਰੱਖਾਂਗੇ ਸਰੋਤਿਆਂ ਤੋਂ ਬਸ ਸਿਰਫ 30 ਸੈਕਿੰਡ ਜੀ ਥੋੜੇ ਨਾ ਮੈਕ ਚੋਂ ਹਵਾ ਜੀ ਆਉਂਦੀ ਵੱਜਦੀ ਹੈ ਤੁਸੀਂ ਇਹਨੂੰ ਦੂਰ ਕਰੋ ਜਿਹੜਾ ਈਅਰਫੋਨ ਲਾਇਆ ਨਾ ਉਹ ਜਿਵੇਂ ਹਿਲਦਾ ਹੁੰਦਾ ਢਿੱਲੋਂ ਸਾਹਿਬ ਲਓ ਜੀ ਮਿੱਤਰੋ ਗੱਲਬਾਤ ਦਾ ਦੌਰ ਇੱਕ ਵਾਰ ਫੇਰ ਤੁਹਾਡੇ ਨਾਲ ਜਾਰੀ ਹੈ ਉਸੇ ਤਰੀਕੇ ਨਾਲ ਬੇਰੋਕ ਢਿੱਲੋਂ ਸਾਹਿਬ ਗੱਲ ਕਰ ਰਹੇ ਸੀ ਜਸਟਿਸ ਜੋਰਾ ਸਿੰਘ ਕਮਿਸ਼ਨ ਜਿਹੜਾ ਬਾਦਲ ਸਾਹਿਬ ਨੇ ਬਣਾਇਆ ਹਾਂ ਹਾਂ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਉਸ ਸੰਕਟ ਦੇ ਵਿੱਚੋਂ ਨਿਕਲਣ ਵਾਸਤੇ ਬਾਦਲ ਸਾਹਿਬ ਨੇ 2 ਰਾਹ ਚੁਣੇ ਜੀ ਇੱਕ ਰਾਹ ਇਹ ਚੁਣਿਆ ਕਿ ਸਦਭਾਵਨਾ ਰੈਲੀਆਂ ਕੀਤੀਆਂ ਜਾਣ ਪੰਜਾਬ ਦੇ ਵਿੱਚ ਇੰਟਰ ਕਰਨ ਵਾਸਤੇ ਲੋਕਾਂ ਨੂੰ ਫੇਸ ਕਰਨ ਵਾਸਤੇ ਤੇ ਦੂਜਾ ਰਾਹ ਇਹ ਕਿ ਇਹ ਘਟਨਾਵਾਂ ਦਾ ਸਾਰਾ ਜਿਹੜਾ ਹੈਗਾ ਪੜਤਾਲ ਕਰਨ ਵਾਸਤੇ ਇੱਕ ਕਮਿਸ਼ਨ ਬਣਾਇਆ ਜਾਵੇ ਜਿਹੜਾ ਕਮਿਸ਼ਨ ਸੀ ਜਸਟਿਸ ਜੋਰਾ ਸਿੰਘ ਕਮਿਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਜੋਰਾ ਸਿੰਘ ਇਹਨਾਂ ਦੀ ਡਿਊਟੀ ਲੈ ਕੇ ਤੁਸੀਂ ਪੜਤਾਲ ਕਰਨਾ ਤਾਂ ਕਿ ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾਵੇ ਕਿ ਬਾਦਲ ਸਾਹਿਬ ਬੜੇ ਸੁਹਿਰਦ ਆ ਪੰਜਾਬ ਦੇ ਮਾਹੌਲ ਨੂੰ ਲੈ ਕੇ ਤੇ ਬਾਦਲ ਸਾਹਿਬ ਪੜਤਾਲ ਵੀ ਕਰਾਉਣਾ ਚਾਹੁੰਦੇ ਤੇ ਬਾਦਲ ਸਾਹਿਬ ਲੋਕਾਂ ਦੇ ਵਿੱਚ ਸ਼ਾਂਤੀ ਦਾ ਸੁਨੇਹਾ ਨਹੀਂ ਦੇਣਾ ਚਾਹੁੰਦੇ ਹੈ
ਦੋ ਧਾਰੀ ਮਤਲਬ ਨੀਤੀ ਉਹਨਾਂ ਨੇ ਉਸ ਵਿੱਚ ਤਿਆਰ ਕੀਤੀ ਜੀ। ਜਿਹੜੀਆਂ ਸਦਭਾਵਨਾ ਰੈਲੀਆਂ ਉਹਦੀ ਵੀ ਸ਼ੁਰੂਆਤ ਤੁਹਾਨੂੰ ਪਤਾ ਬਠਿੰਡੇ ਤੋਂ ਹੋਈ ਸੀ ਤੇ ਜੋਰਾ ਸਿੰਘ ਕਮਿਸ਼ਨ ਜਦੋਂ ਬਣ ਗਿਆ ਜੋਰਾ ਸਿੰਘ ਕਮਿਸ਼ਨ ਨੂੰ ਕਿਹਾ ਜੀ ਤੁਸੀਂ ਜਾਓ ਮੌਕੇ ਤੇ। ਉਹਨਾਂ ਦਿਨਾਂ ਚ ਸਾਡੇ ਸਰੋਤਾਂ ਦੇ ਯਾਦ ਹੋਣੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਭਤੀਜੇ ਹੈ। ਉਹਨਾਂ ਦਾ ਇੱਕ ਬਿਆਨ ਆਇਆ ਸੀ ਉਹ ਕਿਹਾ ਸੀ ਉਹਨਾਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਸੀ ਕਿ ਜੋਰਾ ਸਿੰਘ ਕਮਿਸ਼ਨ ਦੇ ਵਿੱਚੋਂ ਕੱਖ ਵੀ ਨਹੀਂ ਨਿਕਲਣਾ ਕਿ ਜੋਰਾ ਸਿੰਘ ਇੱਕ ਅਜਿਹਾ ਜੱਜ ਹੈ ਜਿਹੜਾ ਮੇਰੇ ਤਾਇਆ ਜੀ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਹੁਤ ਕਰੀਬੀ ਹੈ ਤੇ ਜਿਹਨੇ ਬਾਦਲ ਸਾਹਿਬ ਕਹਿਣਗੇ ਉਹਦੇ ਮੁਤਾਬਕ ਇਹ ਸਾਰਾ ਕੁਛ ਹੋਊਗਾ। ਜੋਰਾ ਸਿੰਘ ਕਮਿਸ਼ਨ ਬਣਿਆ ਜੋਰਾ ਸਿੰਘ ਕਮਿਸ਼ਨ ਨੇ ਜਿਸ ਵੇਲੇ ਦੌਰਾ ਕਰਨਾ ਸੀ ਅਜੇ ਜੋਰਾ ਸਿੰਘ ਕਮਿਸ਼ਨ ਦੀਆਂ ਟਰਮਸ ਐਂਡ ਕੰਡੀਸ਼ਨ ਤੈਅ ਹੋ ਗਈਆਂ ਸਾਰਾ ਕੁਛ ਹੋ ਗਿਆ। ਕਈ ਦਿਨ ਤਾਂ ਇਸ ਗੱਲ ਦੇ ਉੱਤੇ ਚਰਚਾ ਹੁੰਦੀ ਰਹੀ ਕਿ ਜੋਰਾ ਸਿੰਘ ਕਮਿਸ਼ਨ ਨੂੰ ਦਫ਼ਤਰ ਨਹੀਂ ਦਿੱਤਾ ਗਿਆ ਉਹਨਾਂ ਨੂੰ ਸਟਾਫ ਨਹੀਂ ਦਿੱਤਾ ਗਿਆ ਸਿਰਫ ਕਾਰ ਦੀ ਸੀ ਕਿ ਕਾਰ ਦੇ ਉੱਤੇ ਤੁਸੀਂ ਆਪਣਾ ਥੋੜਾ ਫਿਰ ਰੱਖ ਦੋ। ਇਸੇ ਸਮੇਂ ਦੌਰਾਨ ਜਿਹੜੀਆਂ ਕੁਛ ਸੰਘਰਸ਼ਸ਼ੀਲ ਸਿੱਖ ਧਿਰਾਂ ਸੀ ਉਹਨਾਂ ਧਿਰਾਂ ਨੇ ਜੋਰਾ ਸਿੰਘ ਕਮਿਸ਼ਨ ਦੇ ਉੱਤੇ ਨਾ ਵਿਸ਼ਵਾਸੀ ਜ਼ਾਹਰ ਕਰਦਿਆਂ ਇਹ ਕਹਿਤਾ ਕਿ ਇਸ ਦੀ ਪੜਤਾਲ ਜਿਹੜੀ ਇਹ ਘਟਨਾਕ੍ਰਮ ਹੈ ਬਰਗਾੜੀ ਵਾਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋ ਬੰਦਿਆਂ ਦਾ ਮਾਰਿਆ ਜਾਣਾ ਬਹਿਬਲ ਕਲਾਂ ਇਹਦੀ ਇੱਕ ਓਪਨ ਪੜਤਾਲ ਹੋਣੀ ਚਾਹੀਦੀ ਹੈ ਖੁੱਲੀ ਪੜਤਾਲ ਹੋਣੀ ਚਾਹੀਦੀ ਹੈ। ਇਹਦੇ ਲਈ ਉਹਨਾਂ ਨੇ ਇੱਕ ਪੀਪਲਜ਼ ਕਮਿਸ਼ਨ ਦਾ ਗਠਨ ਕੀਤਾ ਸੀ ਤੇ ਉਸ ਪੀਪਲਜ਼ ਕਮਿਸ਼ਨ ਦਾ ਮੁਖੀ ਲਾਇਆ ਸੀ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਜਿਹੜੇ ਪ੍ਰੈਸ ਕੌਂਸਲ ਆਫ ਇੰਡੀਆ ਦੇ ਵੀ ਚੇਅਰਮੈਨ ਰਹਿ ਚੁੱਕੇ ਆ ਜਸਟਿਸ ਕਾਰਜੂ ਕਾਰਜੂ ਦਾਤਾ ਜਸਟਿਸ ਕਾਰਜੂ ਸਰਦਾਰ ਐਚ ਐਸ ਫੂਲਕਾ ਜਿਨ੍ਹਾਂ ਨੇ 84 ਦੇ ਕਤਲੇਆਮ ਦੇ ਮਾਮਲੇ ਨੂੰ ਇੱਕ ਫੈਸਲਾਕੁਨ ਮੋੜ ਤੇ ਲੈ ਕੇ ਗਏ ਹੈ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਪੰਜਾਬ ਦਾ ਦੌਰਾ ਕੀਤਾ ਵੈਭਵ ਕਲਾ ਦਾ ਦੌਰਾ ਕੀਤਾ ਉਹਨਾਂ ਨੇ ਕੋਟਕਪੂਰੇ ਵਾਲੀ ਉਸ ਘਟਨਾ ਦਾ ਮੁਆਇਨਾ ਕੀਤਾ ਉਹਨਾਂ ਨੇ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਦਾ ਦੌਰਾ ਕੀਤਾ ਤੇ ਉਹਨਾਂ ਨੇ ਆਪਣੀ ਪੜਤਾਲ ਕਰਨੀ ਸ਼ੁਰੂ ਕਰਤੀ। ਜਦੋਂ ਉਹਨਾਂ ਦੀ ਪੜਤਾਲ ਸ਼ੁਰੂ ਹੋ ਗਈ ਤੇ ਫਿਰ ਜੋਰਾ ਸਿੰਘ ਕਮਿਸ਼ਨ ਨੂੰ ਸਟਾਫ ਵੀ ਮੁਹੱਈਆ ਕਰਾਉਣਾ ਪਿਆ ਦਫ਼ਤਰ ਵੀ ਮੁਹੱਈਆ ਕਰਵਾਇਆ ਸਰਕਾਰ ਨੇ ਤੇ ਇਹ ਕਿਹਾ ਕਿ ਇਹ ਤੋਂ ਪਹਿਲਾਂ ਕਿ ਜਸਟਿਸ ਕਾਰਜੂ ਦੀ ਰਿਪੋਰਟ ਆ ਜਾਏ ਕਮਿਸ਼ਨ ਨੂੰ ਕਿਹਾ ਜੋਰਾ ਸਿੰਘ ਕਮਿਸ਼ਨ ਨੂੰ ਕਿਹਾ ਕਿ ਤੁਸੀਂ ਆਪਣਾ ਕੰਮ ਆਰੰਭ ਦਿਓ। ਜੋਰਾ ਸਿੰਘ ਕਮਿਸ਼ਨ ਨੇ ਭਾਵੇਂ ਆਪਣਾ ਕੰਮ ਆਰੰਭ ਕਰਤਾ ਸੀ ਲੇਕਿਨ ਜਸਟਿਸ ਕਾਰਜੂ ਨੇ ਜਿਹੜੀ ਰਿਪੋਰਟ ਦਿੱਤੀ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਬੜੇ ਹੈਰਤ ਅੰਗੇਜ਼ ਨਤੀਜੇ ਕੱਢੇ। ਉਹਨਾਂ ਨੇ ਕਿਹਾ ਕਿ ਇਹ ਜ਼ਿੰਦਗੀ ਦੇ ਵਿੱਚ ਕਦੇ ਨੀ ਮੈਂ ਦੇਖਿਆ ਆਪਣੀ ਪੂਰੀ ਸਰਵਿਸ ਦੇ ਦੌਰਾਨ ਸੁਪਰੀਮ ਕੋਰਟ ਦਾ ਜੱਜ ਆ ਮੈਂ ਆਪਣੀ ਸਰਵਿਸ ਦੇ ਦੌਰਾਨ ਕਦੇ ਨੀ ਦੇਖਿਆ ਕਿ ਪੁਲਿਸ ਦੀ ਗੋਲੀ ਦੇ ਨਾਲ ਦੋ ਬੇਗੁਨਾਹ ਬੰਦੇ ਮਾਰੇ ਜਾਂਦੇ ਹੈ ਕਈ ਸਾਰੇ ਜ਼ਖਮੀ ਹੋ ਜਾਂਦੇ ਹੈ ਤੇ ਪੁਲਿਸ ਨੇ ਜਿਹੜਾ ਮੁਕੱਦਮਾ ਦਰਜ ਕੀਤਾ ਹੈ ਉਹ ਮੁਕੱਦਮਾ ਇਹੋ ਦਰਜ ਕੀਤਾ ਹੈ ਕਿ ਜਿਹੜੇ ਇਹ ਲੋਕ ਸੀ ਅੰਦੋਲਨਕਾਰੀ ਲੋਕ ਸੜਕ ਦੇ ਉੱਤੇ ਬੈਠੇ ਜਾਂ ਜਿਹੜੇ ਲੰਗਰ ਪਾਣੀ ਪ੍ਰੋਵਾਈਡ ਕਰਦੇ ਸੀ ਖਾਲਸਾ ਨੇਤਾ ਨੂੰ ਉਹ ਅਣਪਛਾਤੇ ਪੁਲਿਸ ਵਾਲਿਆਂ ਦੀਆਂ ਗੋਲੀਆਂ ਨਾਲ ਮਾਰੇ ਗਏ ਜੀ। ਹੁਣ ਪੁਲਿਸ ਵਾਲੇ ਅਣਪਛਾਤੇ ਹੋਣੇ ਇੱਕ ਗੱਲ ਬੜੀ ਆਪਣੇ ਆਪ ਦੇ ਵਿੱਚ ਅਜੀਬ ਸੀ ਉਹਨਾਂ ਨੇ ਇਸ ਕਿਸਮ ਦੀ ਰਿਪੋਰਟ ਲਿਆ ਇਹ ਠੀਕਰਾ ਪਣਤਾ ਪੰਜਾਬ ਸਰਕਾਰ ਦੇ ਸਿਰ ਤੇ ਪੁਲਿਸ ਦੇ ਸਿਰ ਕੇ ਜਾਣ ਬੁੱਝ ਕੇ ਇਹ ਲੋਕ ਮਾਰੇ ਗਏ। ਫਿਰ ਜੋਰਾ ਸਿੰਘ ਕਮਿਸ਼ਨ ਨੇ ਵੀ ਆਪਣੀ ਰਿਪੋਰਟ ਤਿਆਰ ਕਰ ਲਈ ਔਰ ਤੁਸੀਂ ਦੇਖੋ ਪੰਜਾਬ ਸਰਕਾਰ ਦੀ ਜੋਰਾ ਸਿੰਘ ਕਮਿਸ਼ਨ ਪ੍ਰਤੀ ਜਿਹੜੀ ਹੈਗੀ ਹੈ ਜ਼ਿੰਮੇਵਾਰੀ ਕਿੰਨੀ ਕੁ ਗੰਭੀਰ ਹੈ ਇਹਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਲਾ ਸਕਦੇ ਹਾਂ ਕਿ ਜੋਰਾ ਸਿੰਘ ਨੇ ਜਦੋਂ ਆਪਣੀ ਰਿਪੋਰਟ ਤਿਆਰ ਕੀਤੀ ਉਹ ਰਿਪੋਰਟ ਤਿਆਰ ਕਰਕੇ ਲੈ ਕੇ ਗਿਆ ਲੇਕਿਨ ਉਹਨਾਂ ਨੂੰ ਨਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸਾਹਿਬ ਨਾ ਪੰਜਾਬ ਦਾ ਚੀਫ ਸੈਕਟਰੀ ਨਾ ਹੋਮ ਵਿਭਾਗ ਦਾ ਸੈਕਟਰੀ ਕੋਈ ਵੀ ਸੀਨੀਅਰ ਅਫਸਰ ਜਾਂ ਲੀਡਰ ਉਹਨਾਂ ਨੂੰ ਨਹੀਂ ਮਿਲਿਆ। ਉਹ ਗ੍ਰਹਿ ਵਿਭਾਗ ਦੇ ਇੱਕ ਛੋਟੇ ਜਿਹੇ ਅਧਿਕਾਰੀ ਨੂੰ ਆਪਦੀ ਜਿਹੜੀ ਹੈਗੀ ਪੜਤਾਲ ਉਹ ਦੇ ਕੇ ਵਾਪਸ ਆ ਗਏ। ਉਸ ਤੋਂ ਬਾਅਦ ਚੋਣਾਂ ਦਾ ਐਲਾਨ ਹੋ ਗਿਆ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਤੇ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਫਿਰ ਕੈਪਟਨ ਅਮਰਿੰਦਰ ਨੇ ਆ ਕੇ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਸਮੀਖਿਆ ਕੀਤੀ ਔਰ ਸਮੀਖਿਆ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਕਿ ਇਸ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਕੱਖ ਵੀ ਨਹੀਂ ਹੈ ਜਿਹੜੀਆਂ ਗੱਲਾਂ ਸਾਨੂੰ ਚਾਹੀਦੀਆਂ ਸੀ ਜਿਹੜੀਆਂ ਘਟਨਾਵਾਂ ਦੀ ਪੜਤਾਲ ਕਰਕੇ ਸਿੱਟਾ ਜੋ ਚਾਹੀਦਾ ਸੀ ਉਹ ਸਿੱਟਾ ਨਹੀਂ ਨਿਕਲਿਆ ਇਸ ਕਰਕੇ ਇਸ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕੀਤਾ ਜਾਂਦਾ ਹੈ ਤੇ ਸਾਰੇ ਮਾਮਲੇ ਦੀ ਪੜਤਾਲ ਵਾਸਤੇ ਇੱਕ ਨਵਾਂ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ ਜਿਸ ਕਮਿਸ਼ਨ ਦਾ ਮੁਖੀ ਬਣਾਤਾ ਜਸਟਿਸ ਰਣਜੀਤ ਸਿੰਘ ਫੌਜੀ ਪਿਛੋਕੜ ਵਾਲੇ ਸ਼ਖਸ ਹੈ
ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਰਹੇ ਹੈ। ਉਹਨਾਂ ਨੇ ਬੜੇ ਅਹਿਮ ਫੈਸਲੇ ਕੀਤੇ ਜਿਹਨਾਂ ਦੇ ਵਿੱਚ ਜਿਹਨਾਂ ਦਾ ਇਤਿਹਾਸ ਦੇ ਵਿੱਚ ਵਰਣਨ ਆਉਣਾ ਆ ਰਿਹਾ, ਇਨਕਲੂਡਿੰਗ ਬੀਬੀ ਜਗੀਰ ਕੌਰ ਦੀ ਬੇਟੀ ਦੇ ਜਿਹੜਾ ਉਹ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਲਵ ਮੈਰਿਜ ਤੋਂ ਬਾਅਦ ਜਿਹੜੀ ਉਤੇਜਿਤ ਹੋ ਕੇ ਕਤਲ ਕੀਤਾ ਗਿਆ, ਉਹਦੀ ਸੀਬੀਆਈ ਪੜਤਾਲ ਲਾਉਂਦਾ ਸਾਰਾ ਮਾਮਲਾ। ਉਹਨਾਂ ਨੂੰ ਕਮਿਸ਼ਨ ਲਾਤਾ। ਕਮਿਸ਼ਨ ਦੇ ਬਣਨ ਤੋਂ ਬਾਅਦ ਜਦੋਂ ਉਸ ਕਮਿਸ਼ਨ ਨੇ ਆਪਣਾ ਕੰਮ ਸ਼ੁਰੂ ਕਰਤਾ, ਬੜਾ ਸਮੂਥਲੀ ਕੰਮ ਚੱਲਦਾ ਰਿਹਾ। ਉਹਨਾਂ ਨੇ ਸਾਰੇ ਇਲਾਕੇ ਦਾ ਦੌਰਾ ਕਰ ਲਿਆ, ਸਾਰਾ ਕੁਛ ਕਰ ਲਿਆ। ਤੁਸੀਂ ਦੇਖਿਆ ਹੁਣ ਅੱਜ ਵੀ ਕੁਝ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਆਏ। ਪਰ ਉਸ ਕਮਿਸ਼ਨ ਨੇ ਇੱਕ ਹੋਰ ਗੱਲ ਕੀਤੀ, ਕਿਉਂਕਿ ਇੱਕ ਮੈਂ ਥੋੜਾ ਇੱਥੇ ਸਪਸ਼ਟ ਕਰ ਦਿਆਂ ਕਿ ਇਹ ਕਮਿਸ਼ਨ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਲੀ ਦੀਆਂ ਘਟਨਾਵਾਂ ਦੀ ਪੜਤਾਲ ਵਾਸਤੇ ਹੀ ਨਹੀਂ ਲਾਇਆ ਗਿਆ, ਸਗੋਂ ਦੋ ਤਿੰਨ ਮਾਮਲੇ ਦੇ ਵਿੱਚ ਉਹਦੀਆਂ ਟਰਮ ਦੇ ਐਂਡ ਕੰਡੀਸ਼ਨ ਲਿਖੇ ਹੈ ਕਿ ਉਸ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਵਤ ਗੀਤਾ ਜਾਂ ਕੁਰਾਨ ਸ਼ਰੀਫ ਜਿੰਨੇ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਹੈ ਉਹਨਾਂ ਸਾਰਿਆਂ ਦੀ ਪੜਤਾਲ ਕਰੂਗਾ ਕਮਿਸ਼ਨ। ਅਗਾਂਹ ਵਾਸਤੇ ਅਜਿਹੀਆਂ ਘਟਨਾਵਾਂ ਨਾ ਵਾਪਰਨ ਉਹਦੇ ਵਾਸਤੇ ਸਰਕਾਰ ਕੀ ਪ੍ਰਬੰਧ ਕਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰੇ, ਹੋਰ ਧਾਰਮਿਕ ਅਦਾਰੇ ਕੀ ਕਰਨ, ਕਮਿਸ਼ਨ ਆਪਣੇ ਸੁਝਾਅ ਦੇਊਗਾ। ਸੋ ਕਮਿਸ਼ਨ ਨੇ ਫਿਰ ਹੁਣ ਜਿੱਥੇ ਅਸਲ ਗੱਲ ਆਉਂਦੀ ਹੈ, ਕਮਿਸ਼ਨ ਨੇ ਦੋ ਚਿੱਠੀਆਂ ਲਿਖੀਆਂ, ਇੱਕ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਇੱਕ ਚਿੱਠੀ ਸੈਕਟਰੀ ਅਕਾਲ ਤਖਤ ਸਾਹਿਬ ਨੂੰ। ਉਹਨਾਂ ਚਿੱਠੀਆਂ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਹ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਪੜਤਾਲ ਕਰ ਰਹੇ ਹਾਂ, ਤੁਹਾਡੇ ਕੋਲ ਜੋ ਰਿਕਾਰਡ ਹੈ ਉਹ ਰਿਕਾਰਡ ਸਾਨੂੰ ਪ੍ਰੋਵਾਈਡ ਕੀਤਾ ਜਾਵੇ। ਕਿਹੜਾ ਰਿਕਾਰਡ? ਉਹਨਾਂ ਨੇ ਸਪਸ਼ਟ ਲਿਖਿਆ ਕਿ ਇਹ ਉਹ ਰਿਕਾਰਡ ਹੈ ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫ਼ੀ ਦਿੱਤੀ ਗਈ ਹੈ ਤੇ ਮਾਫ਼ੀ ਨੂੰ ਜਦੋਂ ਸੰਗਤਾਂ ਨੇ ਪ੍ਰਵਾਨ ਨਹੀਂ ਕੀਤਾ, ਸੰਗਤਾਂ ਨੇ ਉਹਦਾ ਵਿਰੋਧ ਕੀਤਾ ਔਰ ਫਿਰ ਕੁਝ ਦਿਨਾਂ ਬਾਅਦ ਉਹ ਮਾਫ਼ੀ ਵਾਪਸ ਲਈ ਗਈ ਹੈ। ਮਾਫ਼ੀ ਦੇਣ ਤੋਂ ਲੈ ਕੇ ਤੇ ਮਾਫ਼ੀ ਵਾਲਾ ਜਿਹੜਾ ਸੀਗਾ ਵਾਪਸ ਲੈਣ ਵਾਲਾ ਹੁਕਮਨਾਮਾ, ਇਸ ਸਮੇਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਰਿਕਾਰਡ ਹੈ ਉਹ ਰਿਕਾਰਡ ਸਾਨੂੰ ਪ੍ਰੋਵਾਈਡ ਕੀਤਾ ਜਾਵੇ। ਮੈਂ ਇੱਥੇ ਇੱਕ ਸਪਸ਼ਟ ਕਰ ਦਿਆਂ, ਜਿਹੜੇ ਆਪਣੇ ਭਾਈ ਗੁਰਮੁਖ ਸਿੰਘ ਜਿਹੜੇ ਸਾਡੇ ਤਖ਼ਤ ਦਮਦਮਾ ਸਾਹਿਬ ਦੇ ਉਸ ਵੇਲੇ ਕਾਰਜਕਾਰੀ ਜਥੇਦਾਰ ਸੀ, ਉਹਨਾਂ ਦੇ ਬਾਰੇ ਬੜਾ ਕੂੜ ਪ੍ਰਚਾਰ ਹੋਇਆ ਸੀ ਸ਼ੁਰੂ ਦੇ ਵਿੱਚ, ਬੜਾ ਕੁਛ ਹੋਇਆ ਸੀ। ਕੁਝ ਲੋਕਾਂ ਨੇ ਕਿਹਾ ਸੀ ਕਿ ਅਸਲ ਦੇ ਵਿੱਚ ਇਹ ਭਾਈ ਗੁਰਮੁਖ ਸਿੰਘ ਸੀ ਜਿਨ੍ਹਾਂ ਨੇ ਡੇਰਾ ਮੁਖੀ ਜੀ ਤੇ ਸਿੰਘ ਸਾਹਿਬਾਨ ਦੇ ਦਰਮਿਆਨ ਵਿਚੋਲਗੀ ਕੀਤੀ ਹੈ। ਇਹ ਵੀ ਕਿਹਾ ਗਿਆ ਕਿ ਅਕਸ਼ੇ ਕੁਮਾਰ ਜਿਹੜਾ ਫਿਲਮੀ ਸਟਾਰ ਹੈ ਉਹਦੇ ਘਰੇ ਮੁੰਬਈ ਇੱਕ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਦੀ ਗੱਲਬਾਤ ਹੁੰਦੀ ਹੈ ਡੇਰਾ ਮੁਖੀ ਨਾਲ, ਤੇ ਉੱਥੋਂ ਜਿਹੜਾ ਪੜੋਲ ਬਣਿਆ ਉਸ ਪੜੋਲ ਦੇ ਆਧਾਰ ਦੇ ਉੱਤੇ ਮਾਫ਼ੀਨਾਮਾ ਦਿੱਤਾ ਗਿਆ ਸੀ। ਲੇਕਿਨ ਬਾਅਦ ਦੇ ਵਿੱਚ ਗੁਰਮੁਖ ਸਿੰਘ ਹੋਰਾਂ ਨੇ ਇਹ ਗੱਲ ਸਪਸ਼ਟ ਕਰਤੀ ਕਿ ਸਹੀ ਗੱਲ ਇਹ ਹੈ ਕਿ ਸਾਨੂੰ ਭਾਈ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ, ਭਾਈ ਮੱਲ ਸਿੰਘ ਜਥੇਦਾਰ ਤਖ਼ਤ ਕੇਸਗੜ੍ਹ ਸਾਹਿਬ ਤੇ ਭਾਈ ਗੁਰਮੁਖ ਸਿੰਘ ਕਹਿੰਦਾ ਮੈਨੂੰ ਜਿਹੜੇ ਐਕਟਿੰਗ ਜਥੇਦਾਰ ਸੀ, ਸਾਨੂੰ ਤਿੰਨਾਂ ਨੂੰ ਚੰਡੀਗੜ੍ਹ ਬੁਲਾਇਆ ਗਿਆ ਚੀਫ ਮਿਨਿਸਟਰ ਬਾਦਲ ਸਾਹਿਬ ਦੀ ਕੋਠੀ ਤੇ। ਜਦੋਂ ਕਹਿੰਦਾ ਅਸੀਂ ਬਾਦਲ ਸਾਹਿਬ ਦੀ ਕੋਠੀ ਗਏ ਹਾਂ ਤਾਂ ਉੱਥੇ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਸੀ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਵੀ ਹੈ, ਤੇ ਉਸ ਵੇਲੇ ਉਹ ਗ੍ਰਹਿ ਵਿਭਾਗ ਦੇ ਇੰਚਾਰਜ ਵੀ ਸੀ, ਡਿਪਟੀ ਮੁੱਖ ਮੰਤਰੀ ਹੁੰਦੇ ਆ। ਕਹਿੰਦੇ ਵੀ ਜਦੋਂ ਉੱਥੇ ਜਾ ਕੇ ਬਹਿ ਗਏ ਤੇ ਸਾਨੂੰ ਇੱਕ ਹਿੰਦੀ ਚ ਲਿਖਿਆ ਹੋਇਆ ਪੱਤਰ ਪੇਸ਼ ਕੀਤਾ ਗਿਆ ਕਿ ਆਹ ਚਿੱਠੀ ਹੈ, ਇਹ ਡੇਰਾ ਮੁਖੀ ਦੀ ਚਿੱਠੀ ਹੈ, ਇਹਨੂੰ ਆਪਾਂ ਮਾਫ਼ ਕਰਨਾ ਤੇ ਤੁਸੀਂ ਇਹਨੂੰ ਮਾਫ਼ ਕਰ ਦਿਓ। ਕਹਿੰਦੇ ਮੈਂ ਜਦੋਂ ਚਿੱਠੀ ਦੇਖੀ ਤੇ ਮੈਂ ਕਿਹਾ ਕਿ ਜਿਸ ਕਿਸਮ ਦਾ ਸਿੱਖ ਸੰਗਤਾਂ ਦੇ ਵਿੱਚ ਵਿਰੋਧ ਹੈ ਅਸੀਂ ਮਾਫ਼ ਨਹੀਂ ਕਰ ਸਕਦੇ, ਜੇ ਅਸੀਂ ਮਾਫ਼ ਕਰਾਂਗੇ ਤੇ ਰੋਹ ਬੜਾ ਭਿਆਨਕ ਉੱਠੂਗਾ, ਕਿਰਪਾ ਕਰਕੇ ਸਾਨੂੰ ਬਖਸ਼ੋ। ਅਸੀਂ ਕਹਿੰਦਾ ਵੀ ਉੱਥੋਂ ਛੱਡ ਕੇ ਤੇ ਆ ਗਏ ਹੈ। ਕੁਝ ਦਿਨਾਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਿੰਘ ਸਾਹਿਬਾਨ ਦੀ ਮੀਟਿੰਗ ਹੁੰਦੀ ਹੈ ਤੇ ਉਸ ਮੀਟਿੰਗ ਤੋਂ ਪਹਿਲਾਂ ਕਹਿੰਦਾ ਵੀ ਮੇਰੇ ਤੇ ਬੜਾ ਪ੍ਰੈਸ਼ਰ ਪਿਆ ਸਰਕਾਰ ਵਾਲੇ ਪਾਸੋਂ, ਜਿਹੜੇ ਪੀਏ ਸੀ ਮੁੱਖ ਮੰਤਰੀ ਦੇ ਡਿਪਟੀ ਮੁੱਖ ਮੰਤਰੀ ਦੇ, ਉਹਨਾਂ ਨੇ ਕਿਹਾ ਕਿ ਨਹੀਂ ਜੀ ਤੁਸੀਂ ਨਿਬੇੜੋ ਇਸ ਗੱਲ ਨੂੰ, ਮੈਂ ਨਹੀਂ ਮੰਨਿਆ। ਫਿਰ ਜਥੇਦਾਰ ਸਾਹਿਬ ਗਿਆਨੀ ਗੁਰਮੁਖ ਸਿੰਘ ਗੁਰਬਚਨ ਸਿੰਘ ਹੋਰਾਂ ਨੇ ਕਹਿੰਦਾ ਮੇਰੇ ਨਾਲ ਟੈਲੀਫੋਨ ਤੇ ਗੱਲ ਕਰਵਾਈ, ਮੈਂ ਫਿਰ ਵੀ ਨਹੀਂ ਮੰਨਿਆ। ਉਹ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਫਿਰ ਇਹ ਮਾਮਲਾ ਲਿਖਦਾ ਗਿਆ ਤੇ ਦਿਲਚਸਪ ਗੱਲ ਇਹ ਹੈ ਕਿ ਉੱਥੇ ਜਿਹੜੀ ਚਿੱਠੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋਈ, ਜਿਹੜੀ ਚਿੱਠੀ ਨੂੰ ਮੈਂ ਤੁਹਾਨੂੰ ਸਪਸ਼ਟੀਕਰਨ ਕਹੂੰਗਾ ਕਿਉਂਕਿ ਮਾਫ਼ੀ ਤਾਂ ਉਸ ਨੇ ਮੰਗੀ ਨਹੀਂ, ਉਹ ਚਿੱਠੀ ਜਿਹੜੀ ਹੈਗੀ ਹੈ ਉਹ ਪੰਜਾਬੀ ਚ ਲਿਖੀ ਹੋਈ। ਜਿਹੜੀ ਚਿੱਠੀ ਬਾਦਲ ਸਾਹਿਬ ਦੀ ਕੋਠੀ ਪਾਈ ਜਾ ਰਹੀ ਸੀ ਉਹ ਹਿੰਦੀ ਸੀ,
ਇਹ ਪੰਜਾਬੀ ਚ ਲਿਖੀ ਹੋਈ ਸੀ ਔਰ ਇਹ ਤੋਂ ਬਾਅਦ ਫਿਰ ਕਾਫੀ ਰੌਲਾ ਪੈ ਗਿਆ ਔਰ ਇਹ ਰੌਲਾ ਪੈਣ ਤੋਂ ਬਾਅਦ ਫਿਰ ਅਗਲਾ ਘਟਨਾਕ੍ਰਮ ਚੱਲਦਾ ਕਿਉਂਕਿ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਪ੍ਰਵਾਨ ਕੀਤਾ ਜਾਵੇ ਜਿਹਦੇ ਵਿੱਚ ਮਾਫ਼ੀ ਦਿੱਤੀ ਗਈ ਸੀ ਉਹਦੇ ਵਿੱਚ ਸੁਖਨੈਬ ਜੀ 91 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਹੈਗੇ ਅਖਬਾਰਾਂ ਦੇ ਵਿੱਚ ਦਿੱਤੇ ਸੀ ਔਰ ਉਹ ਇਹ ਜਿਹੜਾ ਰਣਜੀਤ ਸਿੰਘ ਕਮਿਸ਼ਨਰ ਨੇ ਜਦੋਂ ਕਿਹਾ ਕਿ ਉਹ ਸਾਰਾ ਕੁਛ ਲੈ ਕੇ ਆਓ ਤਾਂ ਉਸ ਤੋਂ ਬਾਅਦ ਫਿਰ ਪਿੱਛੋਂ ਪੈ ਗਏ ਤੇ ਹੁਣ ਅਸੀਂ ਕੀ ਕਰੀਏ ਕੀ ਰਿਕਾਰਡ ਪੇਸ਼ ਕੀਤਾ ਜਾਵੇ ਕਿ ਨਾ ਜਾਵੇ ਫਿਰ ਤੁਹਾਡੇ ਧਿਆਨ ਚ ਹੋਣਾ ਕਿ ਉੱਥੇ ਦੇ ਬੜੀ ਵੱਡੇ ਪੱਧਰ ਦੇ ਉੱਤੇ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਤਲਬ ਕੀਤਾ ਕਮਿਸ਼ਨ ਦੇ ਸਾਹਮਣੇ ਲੇਕਿਨ ਜਿਹੜੀ ਅਸਲ ਕਹਾਣੀ ਸੀ ਜਸਟਿਸ ਰਣਜੀਤ ਸਿੰਘ ਨੇ ਬਾਅਦ ਸਪਸ਼ਟੀਕਰਨ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੀਆਂ ਮੈਂ ਚਿੱਠੀਆਂ ਲਿਖੀਆਂ ਮੈਂ ਸ਼੍ਰੋਮਣੀ ਕਮੇਟੀ ਦੇ ਸੈਕਟਰੀ ਨੂੰ ਤੇ ਅਕਾਲ ਤਖ਼ਤ ਸਾਹਿਬ ਦੇ ਸੈਕਟਰੀ ਨੂੰ ਲਿਖੀਆਂ ਸੀ ਮੈਂ ਕਿਹਾ ਇਹ ਹੈ ਕਿ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਜਿਹੜੇ ਪ੍ਰਧਾਨ ਹੈ ਸ਼੍ਰੋਮਣੀ ਕਮੇਟੀ ਦੇ ਉਹ ਰਿਕਾਰਡ ਲੈ ਕੇ ਆਉਣ ਔਰ ਨਾਲ ਇਹ ਵੀ ਕਿਹਾ ਜਸਟਿਸ ਰਣਜੀਤ ਸਿੰਘ ਨੇ ਕਿ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਇੱਕ ਸਿੱਖ ਹੋਣ ਦੇ ਨਾਤੇ ਮੈਂ ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਤੇ ਮੈਂ ਕਦੇ ਸੋਚ ਵੀ ਨਹੀਂ ਸਕਦਾ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਬੁਲਾਇਆ ਜਾਵੇ ਉਹਨਾਂ ਨੇ 12 ਸਤੰਬਰ ਵਾਸਤੇ ਰੱਖਿਆ ਸੀ ਕਿ 12 ਸਤੰਬਰ ਨੂੰ ਆਵੇ ਲੇਕਿਨ 12 ਸਤੰਬਰ ਤੋਂ ਪਹਿਲੇ ਪਟਿਆਲੇ ਇੱਕ ਮੀਟਿੰਗ ਹੁੰਦੀ ਹੈ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਉਸ ਮੀਟਿੰਗ ਦੇ ਵਿੱਚ ਗੱਲ ਕਹਿਤੀ ਕਿ ਅਸੀਂ ਬਿਲਕੁਲ ਇਸ ਕਮਿਸ਼ਨ ਦੇ ਸਾਹਮਣੇ ਨਹੀਂ ਜਾਵਾਂਗੇ ਇਹਨੇ ਸਿੱਖਾਂ ਦੀ ਜਿਹੜੀ ਪਾਰਲੀਮੈਂਟ ਹੈ ਸੁਪਰੀਮ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਵੀ ਛੁਟਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਛੁਟਿਆਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਉਹ ਕਮੇਟੀ ਦੀ ਮੀਟਿੰਗ ਹੁੰਦੀ ਹੈ ਉਸ ਕਮੇਟੀ ਦੀ ਮੀਟਿੰਗ ਤੋਂ ਤੁਰੰਤ ਬਾਅਦ ਦਿੱਲੀ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਹੈ ਕਿ ਇਹ ਸਿੱਖਾਂ ਦੀ ਅਜ਼ਮਤ ਦੇ ਉੱਤੇ ਹਮਲਾ ਹੈ ਸਿੱਖਾਂ ਦੀ ਗੈਰਤ ਦੇ ਉੱਤੇ ਹਮਲਾ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਤਲਬ ਕੀਤਾ ਹੈ ਔਰ ਕੌਣ ਬੰਦਾ ਇਹ ਬਿਆਨ ਦੇ ਰਿਹਾ ਹੈ ਇਹ ਬੰਦਾ ਦੇ ਰਿਹਾ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦਾ MLA ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੈਕਟਰੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਹੀ ਜਿਹੜੇ ਹੈਗੇ ਆ ਭਾਈ ਹਰਨਾਮ ਸਿੰਘ ਧੁਮਾਨ ਦਮਦਮੀ ਟਕਸਾਲ ਦੇ ਮੁਖੀ ਉਹ ਵੀ ਦਿੰਦੇ ਆ ਸਾਰੇ ਥਾਵਾਂ ਤੋਂ ਇੱਕਦਮ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਸੀਂ ਇਸ ਕਮਿਸ਼ਨ ਦੇ ਸਾਹਮਣੇ ਨਹੀਂ ਆਉਣਾ 12 ਸਤੰਬਰ ਨੂੰ ਬੁਲਾਇਆ ਸੀ 12 ਸਤੰਬਰ ਨੂੰ ਪੇਸ਼ ਨਹੀਂ ਹੋਏ ਬਡੂੰਗਰ ਸਾਹਿਬ ਫਿਰ ਇੱਕ ਹੋਰ ਚਿੱਠੀ ਲਿਖੀ ਜਸਟਿਸ ਰਣਜੀਤ ਸਿੰਘ ਨੇ ਉਸ ਚਿੱਠੀ ਦੇ ਰਾਹੀਂ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਮੇਰਾ ਕਦੇ ਵੀ ਇਰਾਦਾ ਨਹੀਂ ਅਕਾਲ ਤਖ਼ਤ ਸਾਹਿਬ ਨੂੰ ਛੁਟਿਆਉਣ ਦਾ ਮੈਂ ਇਹ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਮੁੜ ਕੇ ਨਾ ਵਾਪਰਨ ਇਹਦੇ ਲਈ ਕੀ ਪ੍ਰਬੰਧ ਕੀਤੇ ਜਾਣ ਕੀ ਸੁਝਾਅ ਦਿੱਤੇ ਜਾਣ ਆਓ ਆਪਾਂ ਇਹਦੇ ਤੇ ਬੈਠ ਕੇ ਵਿਚਾਰ ਵਟਾਂਦਰਾ ਕਰੀਏ ਤੇ ਤੁਸੀਂ ਕਿਰਪਾ ਕਰਕੇ 9 ਅਕਤੂਬਰ ਨੂੰ ਆ ਜਾਓ 9 ਅਕਤੂਬਰ ਪਰਸੋਂ ਸੀ ਉਹ ਪਰਸੋਂ ਵੀ ਬੀਤ ਚੁੱਕਿਆ 9 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਨੁਮਾਇੰਦਾ ਉੱਥੇ ਨਹੀਂ ਪਹੁੰਚਿਆ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕੁਝ ਪੱਤਰਕਾਰਾਂ ਨੇ ਪੁੱਛਿਆ ਕਿ ਕਾਰਨ ਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਣਜੀਤ ਸਿੰਘ ਕਮਿਸ਼ਨ ਨਾਲ ਟਕਰਾਅ ਕਿਉਂ ਹੈ ਉਹ ਜਾਣਾ ਕਿਉਂ ਨਹੀਂ ਚਾਹੁੰਦੀ ਤੇ ਬਾਦਲ ਸਾਹਿਬ ਦੇ ਮੂੰਹੋਂ ਜਿਵੇਂ ਕਹਿੰਦੇ ਇਹਦੇ ਵਿੱਚ 24 ਘੰਟਿਆਂ ਚ ਇੱਕ ਗੱਲ ਸੱਚੀ ਨਿਕਲ ਜਾਂਦੀ ਉਹਨਾਂ ਦੇ ਮੂੰਹੋਂ ਸੱਚੀ ਗੱਲ ਨਿਕਲ ਗਈ ਉਹ ਕਹਿੰਦੇ ਵੀ ਕਮਿਸ਼ਨ ਜਿਹੜੀ ਸਰਕਾਰ ਨੇ ਬਣਾਇਆ ਹੁੰਦਾ ਹੈ ਉਹਦੇ ਮੁਤਾਬਕ ਹੀ ਕੰਮ ਕਰਦਾ ਉਹਦੇ ਮੁਤਾਬਕ ਹੀ ਆਪਦੀ ਰਿਪੋਰਟ ਦਿੰਦਾ ਹੈ ਇਹ ਕਮਿਸ਼ਨ ਕਾਂਗਰਸ ਪਾਰਟੀ ਨੇ ਬਣਾਇਆ ਕਾਂਗਰਸ ਦੀ ਸਰਕਾਰ ਨੇ ਬਣਾਇਆ ਜਿਵੇਂ ਕਾਂਗਰਸ ਸਰਕਾਰ ਕਹੂਗੀ ਤੇ ਕਮਿਸ਼ਨ ਉਵੇਂ ਹੀ ਰਿਪੋਰਟ ਦੇਊ ਇਸ ਕਰਕੇ ਸਾਡਾ ਜਾਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੁੰਦਾ ਪੈਦਾ ਹੁੰਦਾ ਸਾਡਾ ਜਾਣ ਦਾ ਫਾਇਦਾ ਕੀ ਅਸੀਂ ਜਾਈਏ ਕਿਉਂ ਸ਼੍ਰੋਮਣੀ ਕਮੇਟੀ ਜਾਵੇ ਤਾਂ ਸੋ ਸਪਸ਼ਟ ਹੋ ਗਿਆ ਕਿ ਜੋਰਾ ਸਿੰਘ ਕਮਿਸ਼ਨ ਵੀ ਫਿਰ ਬਾਦਲ ਸਾਹਿਬ ਨੇ ਮੰਨ ਲਿਆ ਕਿ ਉਹਨਾਂ ਨੇ ਆਪਣੀ ਸਹੂਲਤ ਲਈ ਬਣਾਇਆ ਸੀ ਹੁਣ ਅਗਲਾ ਸਵਾਲ ਹੁੰਦਾ ਵੀ ਜਿਹੜਾ ਬਹਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਡੂੰਗਰ ਸਾਹਿਬ ਨੇ ਲਿਆ ਜਾਂ ਜਿਹੜਾ ਦਿੱਲੀ ਕਮੇਟੀ ਨੇ ਲਿਆ ਜਾਂ ਜਿਹੜਾ ਧੁੰਮਾ ਸਾਹਿਬ ਨੇ ਲਿਆ ਸਾਨੂੰ ਉਹ ਦੇਖਣਾ ਪੈਣਾ ਪਹਿਲੀ ਗੱਲ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਹੈ ਸ਼੍ਰੋਮਣੀ ਪ੍ਰਬੰਧਕ ਕਮੇਟੀ ਪੈਦਾ ਕਿਵੇਂ ਹੋਈ ਸ਼੍ਰੋਮਣੀ ਕਮੇਟੀ ਜਦੋਂ ਗੁਰਧਾਮਾਂ ਦੀ ਬੇਅਦਬੀ ਹੁੰਦੀ ਸੀ ਗੁਰਧਾਮਾਂ ਦੇ ਵਿੱਚ ਇਖਲਾਕ ਕਿੰਨੇ ਕੰਮ ਹੁੰਦੇ ਸੀ ਮਹੰਤਾਂ ਵੱਲੋਂ ਉਸ ਵੇਲੇ ਇੱਕ ਬਹੁਤ ਵੱਡੀ ਸਿੱਖਾਂ ਨੇ ਲਹਿਰ ਖੜੀ ਕੀਤੀ ਉਸ ਲਹਿਰ ਨੂੰ ਹੋਰ ਅੱਗੇ ਪਹੁੰਚਾਉਣ ਵਾਸਤੇ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਤੇ ਉਸ ਵੇਲੇ ਵੀ ਅੰਗਰੇਜ਼ ਸਰਕਾਰ ਮਜਬੂਰ ਹੋ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਲਈ ਇੱਕ ਕਾਨੂੰਨ ਬਣਾਉਣ ਵਾਸਤੇ, ਤੇ ਉਹ ਕਾਨੂੰਨ ਭਾਰਤ ਦੀ ਪਾਰਲੀਮੈਂਟ ਨੇ ਬਣਾਇਆ ਸੀ। ਭਾਰਤ ਦੀ ਪਾਰਲੀਮੈਂਟ ਸਰਕਾਰੀ ਹੈ, ਇੱਕ ਸਰਕਾਰੀ ਐਕਟ ਦੇ ਰਾਹੀਂ, ਸਰਕਾਰੀ ਕਾਨੂੰਨ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਦਾ ਹੋਈ। ਹੁਣ ਅਗਲੀ ਗੱਲ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ, ਉਹ ਚੋਣਾਂ ਵੀ ਗੁਰਦੁਆਰਾ ਕਮਿਸ਼ਨ ਨਹੀਂ ਕਰਾਉਂਦਾ, ਨਾ ਹੀ ਉਹ ਚੋਣਾਂ ਕਮੇਟੀ ਆਪ ਕਰਾਉਂਦੀ ਹੈ। ਉਹ ਕਮੇਟੀ ਵੀ ਭਾਰਤ ਸਰਕਾਰ ਵੱਲੋਂ ਨਿਯੁਕਤ ਕੀਤਾ ਹੋਇਆ ਜਿਹੜਾ ਚੋਣ ਕਮਿਸ਼ਨਰ ਹੈ ਉਹ ਕਰਵਾਉਂਦਾ ਹੈ। ਤੇ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆ ਜਾਂਦੀ ਹੈ, ਜਿਹੜੇ ਮੈਂਬਰ ਬਣ ਜਾਂਦੇ ਹੈ, ਜਿੱਤ ਜਾਂਦੇ ਹੈ, ਉਹਨਾਂ ਮੈਂਬਰਾਂ ਨੂੰ ਇਹ ਮੈਂਬਰ ਬਣ ਗਏ, ਫਿਰ ਉਹਨਾਂ ਦਾ ਇੱਕ ਨੋਟੀਫਿਕੇਸ਼ਨ ਹੁੰਦਾ ਹੈ, ਔਰ ਉਹ ਨੋਟੀਫਿਕੇਸ਼ਨ ਵੀ ਭਾਰਤ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਦੇ ਵਿੱਚ ਨੋਟੀਫਾਈ ਹੁੰਦਾ ਹੈ। ਉਹ ਤੋਂ ਬਾਅਦ ਫਿਰ ਇਹ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮੀਟਿੰਗ ਹੁੰਦੀ ਹੈ ਜਾਂ ਜਿਹੜਾ ਸਾਲਾਨਾ ਸਮਾਗਮ ਹੁੰਦਾ ਹੈ, ਉਸ ਸਮਾਗਮ ਦੀ ਪ੍ਰਧਾਨਗੀ ਵੀ ਕੋਈ ਹੋਰ ਨਹੀਂ ਕਰਦਾ, ਸਗੋਂ ਅੰਮ੍ਰਿਤਸਰ ਦਾ ਡੈਪਟੀ ਕਮਿਸ਼ਨਰ ਕਰਦਾ ਹੈ। ਔਰ ਕਈ ਮੌਕਿਆਂ ਤੇ ਅਜਿਹੇ ਹਾਲਾਤ ਵੀ ਬਣੇ ਹੈ ਕਿ ਅੰਮ੍ਰਿਤਸਰ ਦੇ ਵਿੱਚ ਡੈਪਟੀ ਕਮਿਸ਼ਨਰ ਹਿੰਦੂ ਹੁੰਦਾ ਹੈ, ਪਰ ਕਿਉਂਕਿ ਕਮੇਟੀ ਸਿੱਖਾਂ ਦੀ ਹੈ ਤੇ ਇੱਕ ਹਿੰਦੂ ਸਿੱਖਾਂ ਦੀ ਕਮੇਟੀ ਦੀ ਪ੍ਰਧਾਨਗੀ ਕਿਵੇਂ ਕਰੇ, ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਿਵੇਂ ਕਰੇ, ਇਹਦੇ ਵਾਸਤੇ ਗਾਹੇ ਵਗਾਹੇ ਫਿਰ ਪੰਜਾਬ ਸਰਕਾਰ ਵੱਲੋਂ ਇਹ ਅਪੀਲ ਲਈ ਜਾਂਦੀ ਹੈ ਕਿ ਉਹ ਕਿਸੇ ਗੁਆਂਢੀ ਰਾਜ ਦੇ ਡੈਪਟੀ ਕਮਿਸ਼ਨਰ ਨੂੰ ਬੁਲਾ ਲੈਂਦੇ ਹੈ ਤੇ ਅੰਮ੍ਰਿਤਸਰ ਦੇ ਡੈਪਟੀ ਕਮਿਸ਼ਨਰ ਨੂੰ ਭੇਜ ਦਿੰਦੇ ਹੈ ਛੁੱਟੀ ਤੇ। ਸੋ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਦਾ ਸਾਰਾ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਹੈ ਉਹ ਸਰਕਾਰ ਦੇ ਮੁਤਾਬਕ ਬਣਿਆ, ਸਰਕਾਰੀ ਢਾਂਚੇ ਚ ਬਣਿਆ ਹੋਇਆ। ਤੇ ਜੇ ਸਰਕਾਰ ਦਾ ਕੋਈ ਕਮਿਸ਼ਨ ਬੁਲਾਉਂਦਾ ਹੈ ਤੇ ਫਿਰ ਅਸੀਂ ਇਹ ਕਹਿ ਦਈਏ ਕਿ ਸਾਡਾ ਤਾਂ ਸਾਰਾ ਕੁਝ ਸੁਪਰੀਮ ਹੈ, ਅਸੀਂ ਉਹਦੇ ਕੋਲੇ ਨਹੀਂ ਜਾਣਾ, ਇਹਦੇ ਪਿੱਛੇ ਕੋਈ ਗੁੱਜਾ ਕਾਰਨ ਹੋ ਸਕਦਾ ਹੈ। ਮੈਂ ਪਿਛਲੇ ਦਿਨਾਂ ਦੇ ਵਿੱਚ ਕਈ ਵਿਦਵਾਨਾਂ ਦੀਆਂ ਰਾਏ ਪੜ੍ਹੀਆਂ ਤੇ ਸੁਣੀਆਂ ਟੀਵੀ ਗੋਸ਼ਟੀਆਂ ਦੇ ਵਿੱਚ ਵੀ, ਉਹਦੇ ਵਿੱਚ ਬੜੀਆਂ ਗੱਲਾਂ ਆਈਆਂ। ਨੰਬਰ ਇੱਕ ਤਾਂ ਗੱਲ ਇਹ ਆਈ ਕਿ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੀ ਤਾਰੀਖ ਮੁਕਰਰ ਹੋ ਗਈ ਸੀ ਕਿ ਇੰਨੀ ਤਾਰੀਖ ਨੂੰ ਉਹਨੂੰ ਫਾਂਸੀ ਦੇ ਦਿੱਤਾ ਜਾਣਾ ਹੈ, ਉਸ ਵੇਲੇ ਭਾਰਤ ਦੇ ਰਾਸ਼ਟਰਪਤੀ ਦੇ ਕੋਲੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਇਹਦੀ ਸਜ਼ਾ ਮਾਫ਼ ਕੀਤੀ ਜਾਵੇ, ਜਿਸ ਪਟੀਸ਼ਨ ਦਾ ਨਾਂ ਹੈ ਰਹਿਣ ਦੀ ਪਟੀਸ਼ਨ। ਉਹ ਰਹਿਣ ਦੀ ਪਟੀਸ਼ਨ ਵੀ ਫਾਈਲ ਕੀਤੀ ਸੀ, ਉਹ ਰਹਿਣ ਦੀ ਪਟੀਸ਼ਨ ਜਿਹੜੀ ਹੈਗੀ ਹੈ ਉਹ ਫਾਈਲ ਕੀਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਤੇ ਉਸ ਪਟੀਸ਼ਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਕੀ ਅਹੁਦੇਦਾਰਾਂ ਸਮੇਤ ਦਿੱਲੀ ਪਹੁੰਚੇ ਸੀ ਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਜਾ ਕੇ ਕਿਹਾ ਸੀ ਕਿ ਪੰਜਾਬ ਦੇ ਹਾਲਾਤ ਬੇਕਾਬੂ ਹੋ ਜਾਣਗੇ, ਖਰਾਬ ਹੋ ਜਾਣਗੇ, ਕਿਰਪਾ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਨਾ ਦਿੱਤੀ ਜਾਵੇ, ਆ ਰਹਿਣ ਦੀ ਅਪੀਲ ਪ੍ਰਵਾਨ ਕਰ ਲਓ। ਹੁਣ ਜੇ ਅਸੀਂ ਕਾਇਦੇ ਮੁਤਾਬਕ ਦੇਖੀਏ ਤਾਂ ਭਾਰਤ ਦਾ ਰਾਸ਼ਟਰਪਤੀ ਉਹ ਰਾਸ਼ਟਰਪਤੀ ਵੀ ਹੈ, ਉਹ ਫੌਜਾਂ ਦਾ ਸੁਪਰੀਮ ਕਮਾਂਡਰ ਵੀ ਹੈ, ਔਰ ਉਹ ਜੁਡੀਸ਼ਰੀ ਦਾ ਸੁਪਰੀਮ ਜੱਜ ਵੀ ਹੈ। ਸਭ ਤੋਂ ਵੱਡਾ ਜੱਜ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਉੱਪਰ ਲੱਭ ਜੱਜ, ਜਿਹੜਾ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਉਹਦੇ ਦਫ਼ਤਰ ਤੋਂ ਬਗੈਰ ਨਹੀਂ ਹੋ ਸਕਦੀ। ਜੇ ਉਹਦੀ ਅਦਾਲਤ ਵਿੱਚ ਪੇਸ਼ ਹੋ ਕੇ ਅਸੀਂ ਰਹਿਮ ਦੀ ਅਪੀਲ ਮੰਗ ਸਕਦੇ ਹਾਂ ਭਾਈ ਰਾਜੋਆਣਾ ਸਾਹਿਬ ਵਾਸਤੇ, ਤੇ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਜੇ ਕੋਈ ਕਮਿਸ਼ਨ ਬਣਦਾ, ਉਸ ਕਮਿਸ਼ਨ ਦੇ ਸਾਹਮਣੇ ਸਾਨੂੰ ਜਾਣ ਦੇ ਵਿੱਚ ਇਤਰਾਜ਼ ਕਿਉਂ ਹੈ? ਦੂਜੀ ਗੱਲ ਮੈਂ ਇੱਥੇ ਕੁਛ ਦੇਰ ਵੀ ਦੇਣਾ ਚਾਹੂੰਗਾ, ਮੈਂ ਇੱਥੇ ਹਵਾਲਾ ਦੇਣਾ ਚਾਹੂੰਗਾ ਭਾਈ ਰਣਜੀਤ ਸਿੰਘ ਹੋਣਾ ਦਾ। ਭਾਈ ਰਣਜੀਤ ਸਿੰਘ ਤੁਹਾਨੂੰ ਪਤਾ ਵੀ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਹੈ। ਭਾਈ ਰਣਜੀਤ ਸਿੰਘ ਨੇ ਦੋ ਮਿਸਾਲਾਂ ਦਿੱਤੀਆਂ, ਇੱਕ ਮਿਸਾਲ ਤਾਂ ਉਹਨਾਂ ਨੇ ਇਹ ਦਿੱਤੀ ਹੈ ਕਿ ਜਿਸ ਵੇਲੇ ਇੰਦਰਾ ਗਾਂਧੀ ਦਾ 1983 ਦੇ ਵਿੱਚ ਕਤਲ ਹੁੰਦਾ ਹੈ, ਔਰ ਉਸ ਕਤਲ ਦੇ ਵਿੱਚ ਜਿਹੜੇ ਹੱਥਾਂ ਦਾ ਨਾਂ ਲਿਆ ਗਿਆ ਵੀ ਜਿਹਨਾਂ ਦੋ ਬੰਦਿਆਂ ਨੇ ਇੰਦਰਾ ਗਾਂਧੀ ਨੂੰ ਕਤਲ ਕੀਤਾ ਸੀ, ਉਹਦੇ ਵਿੱਚ ਇੱਕ ਸਰਦਾਰ ਬੇਅੰਤ ਸਿੰਘ ਸੀ ਤੇ ਇੱਕ ਸੀ ਸਤਵੰਤ ਸਿੰਘ। ਬੇਅੰਤ ਸਿੰਘ ਮੌਕੇ ਤੇ ਮਾਰਤਾ ਸੀ ਸਿਕਿਉਰਿਟੀ ਫੋਰਸਿਸ ਨੇ, ਸਤਵੰਤ ਸਿੰਘ ਬਚ ਗਿਆ ਸੀ। ਬਾਅਦ ਦੇ ਵਿੱਚ ਜਿਹੜਾ ਮੁਕੱਦਮਾ ਚੱਲਿਆ, ਉਸ ਮੁਕੱਦਮੇ ਦੇ ਵਿੱਚ ਜਦੋਂ ਗਵਾਹੀਆਂ ਹੋਈਆਂ ਤਾਂ ਉਸ ਵੇਲੇ ਗਵਾਹੀ ਅਕਾਲ ਤਖ਼ਤ ਸਾਹਿਬ ਤੋਂ ਵੀ ਮੰਗਵਾਈ ਗਈ ਸੀ। ਭਾਈ ਰਣਜੀਤ ਸਿੰਘ ਉਹ ਵੀ ਦੱਸਦੇ ਆ ਕਿ ਜਦੋਂ ਵੀ ਕਿਤੇ ਕਿਸੇ ਨੂੰ ਅੰਮ੍ਰਿਤਪਾਨ ਕਰਵਾਇਆ ਜਾਂਦਾ, ਜਿਹਨਾਂ ਪ੍ਰਾਣੀਆਂ ਨੂੰ ਗੁਰੂ ਵਾਲੇ ਬਣਾਇਆ ਜਾਂਦਾ, ਜਿਹੜੇ ਬੰਦੇ ਅੰਮ੍ਰਿਤਪਾਨ ਕਰ ਲੈਂਦੇ ਹੈ ਉਹਨਾਂ ਸਾਰਿਆਂ ਦੀ ਇੱਕ ਲਿਸਟ ਬਣਦੀ ਹੈ ਤੇ ਉਹ ਲਿਸਟ ਰਜਿਸਟਰ ਦੇ ਵਿੱਚ ਦਰਜ ਹੁੰਦੀ ਹੈ, ਕੋਈ ਵੀ ਗੁਰੂ ਘਰ ਹੋਵੇ। ਪਰ ਕਿਉਂਕਿ ਭਾਈ ਬੇਅੰਤ ਸਿੰਘ ਨੂੰ ਸਰਦਾਰ ਕੇਹਰ ਸਿੰਘ ਲੈ ਕੇ ਨਾਲ ਗਿਆ ਸੀ, ਉਹਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਅੰਮ੍ਰਿਤਪਾਨ ਕਰਵਾਇਆ ਸੀ, ਤੇ ਫਿਰ ਜਦੋਂ ਉਹ ਮੁਕੱਦਮਾ ਚੱਲਿਆ ਉਸ ਮੁਕੱਦਮੇ ਦੇ ਵਿੱਚ CBI ਨੇ ਗੱਲ ਕਹੀ ਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਅੰਮ੍ਰਿਤਪਾਨ ਕਰਵਾਇਆ ਸੀ
ਕੇਰ ਸਿੰਘ ਦੇ ਨਾਲ ਜਾ ਕੇ ਤੇ ਉੱਥੇ ਕੇਰ ਸਿੰਘ ਨੇ ਇਹ ਪ੍ਰਣ ਵੀ ਦਵਾਇਆ ਸੀ ਬੇਅੰਤ ਸਿੰਘ ਨੂੰ ਕਿ ਤੁਸੀਂ ਇੰਦਰਾ ਗਾਂਧੀ ਨੂੰ ਮਾਰ ਕੇ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਦਾ ਬਦਲਾ ਲਓ। ਤੇ ਕਹਿੰਦੇ ਇਹ ਕਤਲ ਤਾਂ ਹੋਇਆ ਔਰ ਇਹ ਫਿਰ ਰਣਜੀਤ ਸਿੰਘ ਹੁਣ ਕਹਿੰਦੇ ਭਾਈ ਰਣਜੀਤ ਸਿੰਘ ਕਿ ਅਕਾਲ ਤਖ਼ਤ ਸਾਹਿਬ ਦਾ ਇੱਕ ਕਲਰਕ ਉਹ ਰਜਿਸਟਰ ਲੈ ਕੇ ਦਿੱਲੀ ਦੀ ਅਦਾਲਤ ਵਿੱਚ ਪੇਸ਼ ਹੋਇਆ। ਦਿੱਲੀ ਦੀ ਅਦਾਲਤ ਦੇ ਵਿੱਚ ਸਾਬਤ ਕੀਤਾ ਕਿ ਹਾਂਜੀ ਆਹ ਅੰਮ੍ਰਿਤਪਾਲ ਅਕਾਲ ਤਖ਼ਤ ਸਾਹਿਬ ਦੀ ਹੈ ਔਰ ਜਿਹੜੀ ਭਾਈ ਕੇਰ ਸਿੰਘ ਨੂੰ ਫਾਂਸੀ ਦਿੱਤੀ ਹੈ ਉਸ ਫਾਂਸੀ ਦੇ ਵਿੱਚ ਜਿਹੜੀ ਹੈ ਸਭ ਤੋਂ ਵੱਡੀ ਭੂਮਿਕਾ ਅਕਾਲ ਤਖ਼ਤ ਸਾਹਿਬ ਦੇ ਰਿਕਾਰਡ ਦੀ ਗਵਾਹੀ ਹੈ। ਦੂਜੀ ਗੱਲ ਹੈ ਪਿਆਰਾ ਸਿੰਘ ਭਨੇਰਾ ਵਾਲਾ। ਪਿਆਰਾ ਸਿੰਘ ਭਨੇਰਾ ਵਾਲੇ ਨੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਮੁਕਾਬਲਾ ਕਰਨ ਦਾ ਯਤਨ ਕੀਤਾ ਆਪਦਾ ਗ੍ਰੰਥ ਬਣਾਇਆ ਉਹਨੇ ਕੁਛ ਊਲ ਜਲੂਲ ਸ਼ਬਦ ਬੋਲੇ ਉਸ ਵੇਲੇ ਪਿਆਰਾ ਸਿੰਘ ਭਨੇਰੇ ਵਾਲੇ ਦੇ ਖਿਲਾਫ਼ ਪਰਚਾ ਵੀ ਦਰਜ ਹੋਇਆ ਸੀ ਤੇ ਉਹਨੂੰ ਸਿੱਖ ਪੰਥ ਦੇ ਵਿੱਚੋਂ ਵੀ ਛੇਕਿਆ ਗਿਆ ਸੀ। ਜਿਹੜਾ ਉਹਦੇ ਖਿਲਾਫ ਮੁਕੱਦਮਾ ਦਰਜ ਹੋਇਆ ਉਸ ਮੁਕੱਦਮੇ ਦੇ ਸੰਬੰਧ ਵਿੱਚ ਜਿਹੜੀ ਸੁਣਵਾਈ ਹੋਈ ਸੁਣਵਾਈ ਲਈ ਫਿਰ ਮੰਗਵਾਇਆ ਗਿਆ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਦਿਖਾਓ ਉਹਦੀ ਕਾਪੀ ਦਿਖਾਓ ਪੇਸ਼ ਕਰੋ ਤੇ ਭਾਈ ਰਣਜੀਤ ਸਿੰਘ ਹੁਣੀ ਕਹਿੰਦੇ ਕਿ ਉਹ ਜਿਹੜੀ ਕਾਪੀ ਹੈ ਅਸੀਂ ਉੱਥੇ ਭੇਜੀ ਹੈ ਤੇ ਉਸ ਕਾਪੀ ਦੇ ਆਧਾਰ ਦੇ ਉੱਤੇ ਉਸ ਗਵਾਹੀ ਦੇ ਆਧਾਰ ਦੇ ਉੱਤੇ ਉਹਦਾ ਫੈਸਲਾ ਜਿਹੜਾ ਹੋਇਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਇਹ ਦੋ ਗੱਲਾਂ ਅਕਾਲ ਤਖ਼ਤ ਸਾਹਿਬ ਜਾਂ ਅਕਾਲ ਤਖ਼ਤ ਸਾਹਿਬ ਦੋ ਮਾਮਲਿਆਂ ਵਿੱਚ ਇੰਟਰਫੇਅਰ ਕਰ ਸਕਦਾ ਹੈ ਦੋ ਮਾਮਲੇ ਅਦਾਲਤਾਂ ਚ ਰਿਕਾਰਡ ਪੇਸ਼ ਕੀਤਾ ਜਾ ਸਕਦਾ ਤੇ ਫਿਰ ਇੱਥੇ ਕਿਉਂ ਨੀ ਕੀਤਾ ਜਾ ਸਕਦਾ। ਹੁਣ ਕਿੱਸਾ ਤਾਂ ਇਹ ਹੈ ਕਿ ਅਸਲ ਵਿੱਚ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਕਾਰਡ ਪੇਸ਼ ਕਿਉਂ ਨੀ ਕੀਤਾ ਜਾ ਰਿਹਾ ਕਮਿਸ਼ਨ ਦੇ ਸਾਹਮਣੇ। ਉਹਦਾ ਵੱਡਾ ਕਾਰਨ ਜਿਹੜਾ ਲੋਕ ਸਮਝਦੇ ਹੈ ਜਿਹੜੇ ਸਿਆਸੀ ਵਿਸ਼ਲੇਸ਼ਕ ਸਮਝਦੇ ਹੈ ਸਿਆਸੀ ਪੰਡਿਤ ਸਮਝਦੇ ਹੈ ਜਿਹੜੇ ਪੱਤਰਕਾਰ ਸਮਝਦੇ ਹੈ ਸੁਨਹਿਰ ਜੀ ਉਹ ਇਹ ਹੈ ਕਿ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਬੇਅਦਬੀ ਅਸਲ ਦੇ ਵਿੱਚ ਜਿਹੜਾ ਹੋਣ ਦਾ ਕਾਰਨ ਹੈ ਉਹਦੇ ਵਿੱਚ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਲੋਕ ਇਹ ਦੇਖਦੇ ਕਿ ਇਨਵੋਲਵਮੈਂਟ ਡੇਰਾ ਸੱਚਾ ਸੌਦਾ ਵਾਲਿਆਂ ਦੀ ਸੀ। ਕਿਉਂ ਡੇਰਾ ਸੱਚਾ ਸੌਦਾ ਵਾਲੇ ਨੂੰ ਮਾਫ਼ ਕੀਤਾ ਗਿਆ ਕਿਉਂ 91 ਲੱਖ ਰੁਪਇਆ ਲਾਇਆ ਗਿਆ ਇਹ ਸਾਰੀਆਂ ਚੀਜ਼ਾਂ ਜੇ ਸਾਹਮਣੇ ਆਉਂਦੀਆਂ ਫਿਰ ਇਹ ਆਊਗਾ ਕਿ ਕਿਹਦੇ ਹੁਕਮ ਤੇ ਸਾਰਾ ਕੁਛ ਕੀਤਾ। ਉਸ ਵੇਲੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਬੌਡੀ ਹੈ ਸ਼੍ਰੋਮਣੀ ਕਮੇਟੀ ਦੀ ਬੌਡੀ ਵੀ ਉਸ ਵੇਲੇ ਨਹੀਂ ਸੀ ਕਿਉਂਕਿ ਜਿਹੜੀ ਉਸ ਵੇਲੇ ਦਾ ਬੋਰਡ ਸੀ ਉਹ ਸਿਰਫ ਤੇ ਸਿਰਫ ਕੰਮ ਚਲਾਊ ਸੀ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਰੱਦ ਕਰਤੀ ਸੀ। ਮਾਮਲਾ ਸੁਪਰੀਮ ਕੋਰਟ ਚ ਸੁਣਵਾਈ ਦੀ ਸੀ ਅਪੀਲ ਚ ਪਿਆ ਸੀ ਤੇ ਨਿੱਤ ਦਿਨ ਦੇ ਕੰਮ ਚਲਾਉਣ ਵਾਸਤੇ ਟੀਚਰਾਂ ਨੂੰ ਤਨਖਾਹਾਂ ਦੇਣ ਵਾਸਤੇ ਡਾਕਟਰਾਂ ਨੂੰ ਤਨਖਾਹਾਂ ਦੇਣ ਵਾਸਤੇ ਸਕੂਲ ਕਾਲਜ ਤੇ ਮੈਡੀਕਲ ਕਾਲਜ ਹਸਪਤਾਲ ਹੈ ਜਿਹੜੇ ਸ਼੍ਰੋਮਣੀ ਕਮੇਟੀ ਦੇ ਉਹਨੂੰ ਚਲਾਉਣ ਵਾਸਤੇ ਜਿਹੜਾ ਖਰਚੇ ਦਾ ਪ੍ਰਬੰਧ ਕਰਨਾ ਸੀ ਉਹ ਪਾਵਰਾਂ ਉਸ ਬੋਰਡ ਨੂੰ ਦਿੱਤੀਆਂ ਗਈਆਂ ਸੀ। ਉਹ ਬੋਰਡ ਦੇ ਧਾਰਮਿਕ ਫੈਸਲਾ ਨਹੀਂ ਸੀ ਲੈ ਸਕਦਾ ਕਿ 91 ਲੱਖ ਰੁਪਈਏ ਦੇ ਇਸ਼ਤਿਹਾਰ ਹੈ ਜਿਹੜੇ ਉਹ ਤੁਸੀਂ ਉਹਦੇ ਤੇ ਦਿੱਤੇ ਜਾਣ। ਸੋ ਇਹ ਗੱਲ ਜੇ ਪੜਤਾਲ ਦੇ ਘੇਰੇ ਚ ਆਉਂਦੀ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਪੜਤਾਲ ਦੇ ਘੇਰੇ ਚ ਆਉਂਦੀ ਹੈ ਤਾਂ ਫਿਰ ਸਿੱਧੀ ਪੱਧਰੀ ਗੱਲ ਇਹ ਹੈ ਕਿ ਇਹ ਜਿਹੜੀ ਹੈਗੀ ਹੈ ਰਸਤਾ ਕਿਸੇ ਨਾ ਕਿਸੇ ਦੇ ਗਲ ਚ ਪੈਣਾ ਹੈ ਤੇ ਗਲ ਚ ਕਿਹਦੇ ਪੈਣੇ ਇਹ ਸਾਨੂੰ ਸਾਰਿਆਂ ਨੂੰ ਦਿਸਦਾ ਕਿਉਂਕਿ ਇਹ ਐਕਚੁਅਲੀ ਆਪਾਂ ਸ਼੍ਰੋਮਣੀ ਕਮੇਟੀ ਦੀ ਬਣਤਰ ਦੇਖੀਏ ਭਾਵੇਂ ਸ਼੍ਰੋਮਣੀ ਕਮੇਟੀ ਸਿੱਖਾਂ ਦੀਆਂ ਵੋਟਾਂ ਨਾਲ ਸਿੱਖਾਂ ਤੇ ਬਣਾਈ ਜਾਂਦੀ ਹੈ ਲੇਕਿਨ ਸ਼੍ਰੋਮਣੀ ਕਮੇਟੀ ਦੇ ਉੱਤੇ ਕੰਟਰੋਲ ਕੀ ਹੈ। ਸ਼੍ਰੋਮਣੀ ਕਮੇਟੀ ਦੇ ਉੱਤੇ ਕੰਟਰੋਲ ਹੈ ਇਸਲੇ ਇੱਕ ਸਿਆਸੀ ਧਿਰ ਤੇ ਇੱਕ ਪਰਿਵਾਰ ਹੈ ਇਹ ਆਂਚ ਉਸ ਪਰਿਵਾਰ ਨੂੰ ਨਾ ਜਾਵੇ ਇਸ ਲਈ ਸਾਰਾ ਜਿਹੜਾ ਹੈਗਾ ਹੋ ਹੱਲਾ ਇਸੇ ਗੱਲ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ ਕਿ ਨਾ ਰਾਧਾ ਨੱਚੇ ਨਾ ਨੌਮਨ ਤੇਲ ਹੋਵੇ ਤੇ ਨਾ ਰਾਧਾ ਨੱਚੇ। ਆਪਾਂ ਕਮਿਸ਼ਨ ਦਾ ਬਾਈਕਾਟ ਕਰ ਦਿਓ ਕਮਿਸ਼ਨ ਦੀ ਜਿਹੜੀ ਰਿਪੋਰਟ ਆਊਗੀ ਉਹ ਬਾਅਦ ਕਹਿ ਦਾਂਗੇ ਜੀ ਤਾਂ ਇੱਕ ਤਰਫਾ ਆਈ ਹੈ। ਤੁਸੀਂ ਅੱਜ ਦੀਆਂ ਅਖਬਾਰਾਂ ਦੇਖੋ ਅੱਜ ਦੀਆਂ ਅਖਬਾਰਾਂ ਦੇ ਵਿੱਚ ਦੇਖਿਆ ਹੋਣਾ ਕਿ ਜੋਰਾ ਸਿੰਘ ਕਮਿਸ਼ਨ ਨੇ ਕਿਸੇ ਵੀ ਪੁਲਿਸ ਅਫਸਰ ਨੂੰ ਨਹੀਂ ਬੁਲਾਇਆ। ਅੱਜ ਦੀਆਂ ਖਬਰਾਂ ਦੱਸਦੀਆਂ ਕਿ ਰਣਜੀਤ ਸਿੰਘ ਕਮਿਸ਼ਨ ਨੇ ਕੱਲ ਉਮਰਾ ਨੰਗਲ ਜਿਹੜਾ ਆਈ ਵੀ ਸੀ ਉਸ ਵੇਲੇ ਦਾ ਉਹਨੂੰ ਬੁਲਾਇਆ। ਉਮਰਾ ਨੰਗਲ ਦੇ ਨਾਲ ਜਿਹੜੇ ਹੈ ਸਵਾਲ ਜਵਾਬ ਹੋਏ ਔਰ ਹਾਂਜੀ ਪਰਮਰਾਜ ਸਿੰਘ ਉਮਰਾ ਨੰਗਲ ਉਹਦੇ ਵਿੱਚ ਫਿਰ ਇਹ ਗੱਲ ਆਈ ਉਹ ਆਈ ਜੀ ਜਿਹੜਾ ਸੀ ਉਸ ਵੇਲੇ ਦਾ ਪੁਲਿਸ ਕਮਿਸ਼ਨਰ ਜੀ ਨੇ ਗੋਲੀ ਦਾ ਹੁਕਮ ਦਿੱਤਾ ਸੀ ਕਿ ਕਿਸੇ ਪੱਤਰਕਾਰ ਨੇ ਪੁੱਛਿਆ ਜਸਟਿਸ ਰਣਜੀਤ ਸਿੰਘ ਨੂੰ ਕਿ ਕਿਰਪਾ ਕਰਕੇ ਇਹ ਦੱਸਿਆ ਜਾਵੇ ਕਿ ਉਮਰਾ ਨੰਗਲ ਨੇ ਕੀ ਕਿਹਾ। ਉਹਨਾਂ ਨੇ ਕਿਹਾ ਕਿ ਉਮਰਾ ਨੰਗਲ ਨੇ ਉਹੀ ਕੁਛ ਕਿਹਾ ਹੈ ਜੋ ਉਮਰਾ ਨੰਗਲ ਨੇ ਆਪਦੇ ਐਫੀਡੈਵਿਟ ਵਿੱਚ ਦਿੱਤਾ ਸੀ ਪਰ ਸਾਡਾ ਕਮਿਸ਼ਨ ਹੈ ਇਹ ਕਮਿਸ਼ਨ ਉਮਰਾ ਨੰਗਲ ਦੇ ਕਹੇ ਹੋਏ ਤੋਂ ਬਾਹਰ ਜਾ ਕੇ ਜਿਹੜੇ ਤੱਥ ਹੈ ਉਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਪੜਤਾਲ ਕਰਕੇ ਅੱਜ ਰਿਪੋਰਟ ਦੇਊਗਾ ਤੇ ਬਖਸ਼ਾਂਗੇ ਕਿਸੇ ਨੂੰ ਨੀ ਜਿਹੜਾ ਕਸੂਰ ਮਾਰ ਪਾਇਆ ਗਿਆ। ਸੋ ਇਹਦੇ ਚ ਇਹ ਹੈ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਜਦੋਂ ਵੀ ਬਾਦਲ ਪਰਿਵਾਰ ਤੇ ਕਦੇ ਵੀ ਆਂਚ ਆਈ ਹੈ ਉਸ ਵੇਲੇ ਬਾਦਲ ਪਰਿਵਾਰ ਹਮੇਸ਼ਾ ਧਰਮ ਦੀ ਆੜ ਲੈਂਦਾ ਹੈ ਧਰਮ ਨੂੰ ਅੱਗੇ ਕਰਕੇ ਕਿ ਇਹ ਧਰਮ ਦੇ ਉੱਤੇ ਅਟੈਕ ਹੈ। ਹੁਣ ਕਿਉਂਕਿ ਇਸ ਕਮਿਸ਼ਨ ਦੇ ਰਾਹੀਂ ਬਾਦਲ ਪਰਿਵਾਰ ਜਿਹੜਾ ਹੈਗਾ ਉਹ ਕੁੜਕੀ ਚ ਫਸ ਸਕਦਾ ਹੈ
ਸੋ ਉਹਨਾਂ ਨੇ ਇੱਕ ਵਾਰੀ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਕਰਕੇ ਜਿਹੜੀ ਗੱਲ ਹੋਈ ਨੀ, ਜਿਹੜੀ ਗੱਲ ਵਾਪਰੀ ਨੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਸੇ ਨੇ ਕੱਲ ਵੀ ਨੀ ਕੀਤਾ, ਤੇ ਸਾਰੇ ਪੰਜਾਬ ਸਾਰੀ ਦੁਨੀਆਂ ਸਿੱਖ ਭਾਈਚਾਰੇ ਦੇ ਵਿੱਚ ਇਹ ਪ੍ਰਚਾਰ ਕਰਤਾ ਕਿ ਜੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸੁਪਰਮੇਸੀ ਹੈ, ਉਹਦੀ ਜਿਹੜੀ ਸਰਬ ਉੱਚਤਾ ਹੈ, ਉਹ ਸਰਬ ਉੱਚਤਾ ਨੂੰ ਰਣਜੀਤ ਸਿੰਘ ਕਮਿਸ਼ਨ ਨੇ ਚੁਣੌਤੀ ਦਿੱਤੀ ਹੈ ਕਿ ਇਹ ਚੁਣੌਤੀ ਸਿੱਖ ਪੰਥ ਨੂੰ ਪ੍ਰਵਾਨ ਨਹੀਂ। ਕਿਉਂਕਿ ਜਦੋਂ ਆਪਣੇ ਕੀਤੇ ਹੋਏ ਗੁਨਾਹਾਂ ਤੋਂ ਬਚਣਾ ਹੁੰਦਾ, ਉਸ ਵੇਲੇ ਸਿੱਖ ਪੰਥ ਨੂੰ, ਸਿੱਖ ਧਰਮ ਨੂੰ, ਧਾਰਮਿਕ ਜਿਹੜੇ ਸਾਡੇ ਰਹਿਬਰ ਹੈ ਉਹਨਾਂ ਨੂੰ ਖਿਤਾਬ ਦੇ ਰੂਪ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਬਾਦਲ ਪਰਿਵਾਰ ਦਾ। ਮੇਰੀ ਸਮਝ ਮੁਤਾਬਕ ਸੁਖਨੈਬ ਜੀ ਇਹਦੇ ਵਿੱਚ ਹੋਰ ਕੋਈ ਲੜਾਈ ਨਹੀਂ, ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਤੇ ਹੋਰ ਜਿਹੜੇ ਧਾਰਮਿਕ ਗ੍ਰੰਥ ਹੈ ਉਹਨਾਂ ਦੀ ਬੇਅਦਬੀ ਦੀ ਪੜਤਾਲ ਦੇ ਵਿੱਚ ਇੱਕ ਜਿਹੜਾ ਬਹੁਤ ਵੱਡਾ ਰੁਕਾਵਟ ਪਾਈ ਜਾ ਰਹੀ ਹੈ, ਬਹੁਤ ਵੱਡਾ ਅੜਿੱਕਾ ਪਾਇਆ ਜਾ ਰਿਹਾ ਹੈ। ਮੇਰੀ ਜਿਹੜੀ ਹੈਗੀ ਆ ਰਹਿ ਉਹ ਇਹ ਹੈ ਕਿ ਨਿੱਜ ਲਈ ਧਰਮ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਧਰਮ ਨੂੰ ਇੱਕ ਹਥਿਆਰ ਵਜੋਂ ਇਸਤੇਮਾਲ ਕਰਕੇ ਇੱਕ ਰਾਜਨੀਤਿਕ ਹਸਤੀ ਨੂੰ, ਰਾਜਨੀਤਿਕ ਰੁਤਬੇ ਵਾਲੇ ਪਰਿਵਾਰ ਨੂੰ ਉਹਨਾਂ ਦੇ ਕੀਤੇ ਹੋਏ ਗੁਨਾਹਾਂ ਤੋਂ ਬਚਾਉਣ ਦਾ ਇਹ ਇੱਕ ਪੰਚ ਹੈ ਜੀ। ਜੀ, ਔਰ ਚਰਨਜੀਤ ਸਿੰਘ ਜਿਹੜੇ ਤਤਕਾਲੀ ਸੋਰੀ ਚਰਨਜੀਤ ਸ਼ਰਮਾ ਉਸ ਵੇਲੇ SSP ਮੋਗਾ ਸੀ, ਜਿਨ੍ਹਾਂ ਦੇ ਉੱਤੇ ਕਾਫੀ ਉਹਨਾਂ ਦਿਨਾਂ ਦੇ ਵਿੱਚ ਦੋਸ਼ ਲੱਗੇ ਸੀ, ਉਹਨਾਂ ਨੂੰ ਵੀ ਢਿੱਲੋਂ ਸਾਹਿਬ ਸੱਦਿਆ ਜਾ ਰਿਹਾ, ਗਾਜ ਉਹਨਾਂ ਤੇ ਵੀ ਡਿੱਗ ਸਕਦੀ ਹੈ ਫਿਰ? ਬਿਲਕੁਲ, ਤੁਸੀਂ ਇੱਥੇ ਯਾਦ ਕਰੋ ਕਿ ਚਰਨਜੀਤ ਸਿੰਘ ਜਿਹੜਾ ਜਦੋਂ ਗੁਰਦੇ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੁੰਦੀ ਹੈ, ਉਸ ਵੇਲੇ ਚਰਨਜੀਤ ਸਿੰਘ ਫਰੀਦਕੋਟ ਦਾ SSP ਸੀ, ਔਰ ਜਿਹੜੀਆਂ ਸਿੱਖ ਪੰਜਾਬ ਨੇ ਪੜਤਾਲ ਕੀਤੀ ਸੀ ਉਹਨਾਂ ਨੇ ਚਰਨਜੀਤ ਸਿੰਘ ਸ਼ਰਮਾ ਨੂੰ ਜਾ ਕੇ ਕਿਹਾ ਸੀ ਕਿ ਇਹਨਾਂ ਬੰਦਿਆਂ ਨੂੰ ਰਾਊਂਡ ਅਪ ਕਰੋ, ਇਹਨਾਂ ਦੇ ਵਿੱਚੋਂ ਗੱਲ ਨਿਕਲ ਸਕਦੀ ਹੈ। ਚਰਨਜੀਤ ਸ਼ਰਮਾ ਨੇ ਉਹਨਾਂ ਨੂੰ ਹੱਥ ਨਹੀਂ ਪਾਇਆ, ਕਿਹਦੇ ਦੁਆਸਲੇ ਨਹੀਂ ਪਾਇਆ, ਇੱਕ ਵੱਖਰਾ ਵਿਸ਼ਾ। ਫਿਰ ਚਰਨਜੀਤ ਸ਼ਰਮਾ ਦੀ ਬਦਲੀ ਉੱਥੋਂ ਹੋ ਜਾਂਦੀ ਹੈ ਮੋਗੇ ਦੀ, ਜਦੋਂ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲਦੀ ਹੈ, ਉਸ ਗੋਲੀ ਚੱਲਣ ਦੇ ਮੌਕੇ ਦੇ ਉੱਤੇ ਜਿਹੜਾ ਅਫਸਰ ਖੜਾ ਹੈ ਉਹ ਚਰਨਜੀਤ ਸਿੰਘ ਸ਼ਰਮਾ ਖੜਾ ਹੈ। ਅਗਲੀ ਤੁਸੀਂ ਇੰਟਰਸਟਿੰਗ ਗੱਲ ਦੇਖੋ, ਉਸ ਚਰਨਜੀਤ ਸਿੰਘ ਸ਼ਰਮਾ ਨੂੰ ਬਾਦਲ ਸਰਕਾਰ ਨੇ ਐਕਸਟੈਂਸ਼ਨ ਦਿੱਤੀ ਸੀ, ਉਹਦੀ ਰਿਟਾਇਰਮੈਂਟ ਦੀ ਉਮਰ ਪੂਰੀ ਹੋ ਗਈ ਸੀ, ਰਿਟਾਇਰਮੈਂਟ ਦੇ ਬਿਲਕੁਲ ਉਹਨੇ ਰਿਟਾਇਰ ਹੋ ਜਾਣਾ ਸੀ, ਲੇਕਿਨ ਬਾਦਲ ਸਰਕਾਰ ਨੇ ਐਕਸਟੈਂਸ਼ਨ ਦਿੱਤੀ, ਉਹਦੀ ਸਰਵਿਸ ਦੇ ਵਿੱਚ ਵਾਧਾ ਕਰਤਾ। ਬਾਅਦ ਦੇ ਵਿੱਚ ਤੁਸੀਂ ਦੇਖੋ ਜਦੋਂ ਕੈਪਟਨ ਦੀ ਸਰਕਾਰ ਬਣਦੀ ਹੈ, ਕੈਪਟਨ ਦੀ ਸਰਕਾਰ ਨੇ ਆ ਕੇ ਦੋ ਬੰਦਿਆਂ ਦੀ ਐਕਸਟੈਂਸ਼ਨ, ਦੋ ਅਫਸਰਾਂ ਦੀ ਐਕਸਟੈਂਸ਼ਨ ਜਿਹੜੀ ਖਤਮ ਕੀਤੀ ਸੀ, ਇੱਕ ਚਰਨਜੀਤ ਸਿੰਘ ਸ਼ਰਮਾ ਤੇ ਦੂਸਰਾ ਸਲਵਿੰਦਰ ਸਿੰਘ, ਜਿਹੜਾ ਉਹ ਬਾਰਡਰ ਤੋਂ ਫੜਿਆ ਗਿਆ ਸੀ ਬੜੇ ਭੈੜੇ ਹਾਲਾਤਾਂ ਦੇ ਵਿੱਚ, ਨਾ ਬੋਲਦਾ ਹੈ, ਸੁੱਚਾ ਸਿੰਘ ਲਗਾ ਰਹੇ ਟੋਲੇ ਦੇ ਵਿੱਚ ਉਹਦਾ ਵੀ ਉਹ ਉਹਨਾਂ ਦਾ ਉਪਾਸਕ ਸੀ। ਹੁਣ ਚਰਨਜੀਤ ਸਿੰਘ ਸ਼ਰਮਾ ਨੂੰ ਵੀ ਅਗਲੇ ਦਿਨ ਸੱਦਿਆ ਹੋਇਆ, ਅੱਜ ਗੁਰਿਲ ਕੱਲ ਗੁਰਿਲ ਕੀਤਾ ਹੈ ਪਰਮਰਾਜ ਸਿੰਘ ਉਮਰਾਨਗਰ ਨੂੰ। ਪਰਮਰਾਜ ਸਿੰਘ ਉਮਰਾਨਗਰ ਜੋ ਗੱਲ ਕਹਿ ਗਿਆ ਉਹਨੂੰ ਹੁਣ ਅੱਗੇ ਉਸ ਗੱਲ ਨੂੰ ਕਾਰਬੋਰੇਟ ਕਰੈਬੋਰੇਟ ਕਰਾਉਣਾ ਜਿਹੜਾ ਹੈ ਉਹ ਚਰਨਜੀਤ ਤੋਂ ਕਰਾਉਣਾ, ਪਰ ਕਿਉਂਕਿ ਅੰਤਲਾ ਜਦੋਂ ਗੋਲੀ ਚੱਲੀ ਹੈ ਚਰਨਜੀਤ ਮੌਕੇ ਤੇ ਸੀ। ਮੈਨੂੰ ਇਹ ਜਾਪਦੀ ਹੈ ਕਿ ਚਰਨਜੀਤ ਸ਼ਰਮਾ ਰਿਟਾਇਰ ਹੋ ਚੁੱਕਾ ਹੈ, ਉਹਨੂੰ ਇਸ ਗੱਲ ਦਾ ਪਤਾ ਕਿ ਕਾਢ ਮੇਰੇ ਤੇ ਡਿੱਗਣੀ ਹੈ। ਬਹੁਤ ਵੱਡੀਆਂ ਸੰਭਾਵਨਾਵਾਂ ਹੈ ਕਿ ਚਰਨਜੀਤ ਸ਼ਰਮਾ ਕੋਈ ਇਨਕਸ਼ਾਫ ਕਰੇ, ਚਰਨਜੀਤ ਸ਼ਰਮਾ ਇਹ ਦੱਸ ਸਕਦਾ ਹੈ ਕਿ ਕਿਹਦੇ ਹੁਕਮ ਨਾਲ ਗੋਲੀ ਚਲਾਈ ਸੀ, ਹੁਕਮ ਕਿਹਦੇ ਟੈਲੀਫੋਨ ਤੇ ਚੰਡੀਗੜ੍ਹ ਤੋਂ ਆਇਆ, ਤੇ ਕਿਹਨੇ ਫਿਰ ਮੈਨੂੰ ਕਿਹਾ ਕਿ ਤੂੰ ਗੋਲੀ ਚਲਾ ਤੇ ਉਹਨੇ ਗੋਲੀ ਚਲਵਾਈ, ਤੇ ਉਸ ਗੋਲੀ ਦੇ ਵਿੱਚ ਜਿਹੜੇ ਹੈਗੇ ਦੋ ਗੁਣਾ ਬੇਗੁਣਾ ਬੰਦੇ ਮਾਰੇ ਗਏ ਔਰ ਕਈ ਸਾਰੇ ਜਖਮੀ ਹੋਏ। ਇੱਥੇ ਇੱਕ ਹੋਰ ਜਿਹੜੀ ਵਰਣਨ ਦੇ ਤੱਥ ਇਹ ਹੈ ਕਿ ਉਸ ਵੇਲੇ ਜਿਹੜੇ ਡਿਪਟੀ ਕਮਿਸ਼ਨਰ ਸੀ ਉੱਥੋਂ ਦੇ ਫਰੀਦਕੋਟ ਦੇ, ਸ਼ਾਇਦ ਮਿਸਟਰ ਜੱਗੀ ਸੀ ਉਹਨਾਂ ਦਾ, ਉਹ ਜੱਗੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਨੂੰ ਹੁਕਮ ਦਿਓ ਗੋਲੀ ਚਲਾਈ ਜਾਵੇ, ਤਾਕਤ ਦੀ ਵਰਤੋਂ ਕੀਤੀ ਜਾਵੇ। ਉਹਨੇ ਕਹਿ ਸੀ ਮੈਂ ਗੋਲੀ ਚਲਾਉਣ ਦਾ ਹੁਕਮ ਨਹੀਂ ਦੇ ਸਕਦਾ, ਸਿੱਖਾਂ ਮੈਂ ਇੱਕ ਸਿੱਖਾਂ ਮੈਂ ਸਿੱਖਾਂ ਦੇ ਉੱਤੇ ਗੋਲੀ ਚਲਾਉਣ ਦਾ ਹੁਕਮ ਕਿਉਂ ਦੇਵਾਂ, ਕਿਉਂਕਿ ਇਹ ਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਹੈ, ਇੱਕ ਰਾ ਹਿੰਸਕ ਹੋਏ ਹੈ ਔਰ ਉਹਨੇ ਉਹਦਾ ਨਹੀਂ ਸੀ ਦਿੱਤਾ, ਆਰਡਰ ਨਹੀਂ ਸੀ ਦਿੱਤਾ, ਤੇ ਬਾਅਦ ਦੇ ਵਿੱਚ ਫਿਰ ਇਹ ਆਰਡਰ ਕੀ ਤੋਂ ਬਣਵਾਇਆ, ਕਿਹੜੇ ਐਗਜੈਕਟ ਮੈਜਿਸਟ੍ਰੇਟ ਤੋਂ ਧੱਕੇ ਨਾਲ ਦਸਤਖਤ ਕਰਵਾਏ, ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਣੀਆਂ, ਇਹੀ ਤਾਂ ਕਮਿਸ਼ਨ ਦੀ ਕਾਰਵਾਈ ਹੈ, ਕਮਿਸ਼ਨ ਦੇ ਵਿੱਚ ਸਾਰੀ ਹਕੀਕਤ ਸਾਹਮਣੇ ਆਉਣੀ ਹੈ। ਔਰ ਮੇਰੇ ਖਿਆਲ ਮੁਤਾਬਕ ਮੈਂ ਸਮਝਦਾ ਸੁਖਨੈਬ ਜੀ ਤੁਸੀਂ ਵੀ ਦੇਖਿਆ, ਆਪਾਂ ਹੁਣ ਤੱਕ ਇਹ ਮੰਨਦੇ ਰਹੇ ਹਾਂ ਕਿ ਆਮ ਤੌਰ ਤੇ ਕਮਿਸ਼ਨ ਵਕਤ ਟਪਾਊ ਹੁੰਦੀ ਹੈ, ਟਾਈਮ ਟਪਾਊ ਹੁੰਦੀ ਹੈ, ਜਿਹਨਾਂ ਮਾਮਲਿਆਂ ਨੂੰ ਸਰਕਾਰਾਂ ਨੇ ਠੰਡੇ ਪਾਸੇ ਪਾਉਣਾ ਹੁੰਦਾ ਸੀ ਕਮਿਸ਼ਨ ਬਣਾ ਦਿੰਦੀ ਹੈ, ਪਰ ਕਿਉਂਕਿ ਪਹਿਲਾਂ ਕਮਿਸ਼ਨ ਦੀ ਰਿਪੋਰਟ ਰੱਦ ਕਰਕੇ ਦੂਜਾ ਕਮਿਸ਼ਨ ਬਣਾਇਆ ਗਿਆ, ਮੇਰੇ ਖਿਆਲ ਮੁਤਾਬਕ ਕਮਿਸ਼ਨ ਜੀ ਨੇ ਦਿਲਚਸਪੀ ਦਿਖਾ ਕੇ ਜਿਹਨੇ ਪਰਮਰਾਜ ਉਮਰਾਨਗਰ IG ਨੂੰ ਬੁਲਾਇਆ ਔਰ IG ਤੋਂ ਬਾਅਦ ਫਿਰ ਅਗਲੇ ਦਿਨਾਂ ਦੇ ਵਿੱਚ ਚਰਨਜੀਤ ਸ਼ਰਮੇ ਨੂੰ ਬੁਲਾਇਆ, ਜ਼ਰੂਰ ਉਹਦੇ ਵਿੱਚੋਂ ਕੁਛ ਨਾ ਕੁਛ ਨਿਕਲੂਗਾ। ਔਰ ਇਹ ਰਿਪੋਰਟ ਮੇਰਾ ਖਿਆਲ ਆ ਵੀ ਕੋਈ ਮੰਨੇ ਚਾਹੇ ਕੋਈ ਨਾ ਮੰਨੇ,
ਇਹ ਲੱਗਦੀ ਹੈ ਵੀ ਸੱਚਾਈ ਦੇ ਥੋੜੀ ਬਹੁਤੀ ਨੇੜੇ ਹੋਊਗੀ ਜੀ। ਸੋ ਬਿਲਕੁਲ ਜੀ, ਬੜੀ ਬੇਬਾਕੀ ਦੇ ਨਾਲ ਤੇ ਤੁਸੀਂ ਤੱਥਾਂ ਦੇ ਸਮੇਤ ਜਿਹੜਾ ਹਮੇਸ਼ਾ ਹੀ ਇੱਕ ਰੋਸ਼ਨੀ ਪਾ ਕੇ ਜਾਂਦੇ ਹੋ ਇੱਕ ਵਿਸ਼ੇ ਦੇ ਉੱਤੇ। ਢਿੱਲੋਂ ਸਾਹਿਬ ਬਹੁਤ ਧੰਨਵਾਦ, ਤੁਸੀਂ ਅੱਜ ਫੇਰ ਇੱਕ ਖਾਸ ਵਿਸ਼ਾ ਲੈ ਕੇ ਆਏ ਔਰ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ। ਬਹੁਤ ਮਿਹਰਬਾਨੀ ਜੀ, ਸਾਰੇ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ, ਫੇਰ ਮਿਲਦੇ ਹਾਂ ਅਗਲੇ ਹਫ਼ਤੇ ਜੀ। ਆਏ ਨੀ ਢਿੱਲੋਂ ਸਾਹਿਬ, ਜਾਣ ਦੇਣਾ ਫੋਨ ਨੰਬਰ ਜ਼ਰੂਰ ਦੱਸਿਓ।